ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਈ ਨੋ ਕੰਟਰੀ ਦੇ ਵਿੱਚ ਇੱਕ ਬੜਾ ਸੈਡ ਟਾਈਮ ਹੈ, ਓਹਾਇਓ, ਟੈਕਸਸ, ਆਈ ਹੋਪ ਸਾਰੇ ਸੇਫ ਨੇ। ਆਈ ਮੀਨ ਕੁਛ ਨਹੀਂ ਕਿਹਾ ਜਾ ਸਕਦਾ। ਡੋਂਟ ਯੂ ਥਿੰਕ ਇਟਸ ਸੱਚ ਅ ਸੈਡ ਟਾਈਮ ਕਿ ਇੰਨੀ ਨੋਰਮਲਸੀ ਵੀ ਪਹੁੰਚ ਗਈ ਇਹਨਾਂ ਚੀਜ਼ਾਂ 'ਤੇ ਕਿ ਸ਼ਾਇਦ ਦੁਨੀਆ ਦੀ ਓਨਲੀ ਕੰਟਰੀ ਹੈ ਜਿਹਦੇ 'ਚ ਇਹ ਹੈ, ਇੰਨਾ ਜ਼ਿਆਦਾ ਹੋ ਰਿਹਾ। ਔਰ ਫਿਰ ਕੁਛ ਅੱਗੋਂ ਕਰਨ ਦੇ ਇੰਝ ਲੱਗਦਾ, ਇਟਸ ਅ ਵੈਰੀ ਫਰਸਟ੍ਰੇਟਿੰਗ ਟਾਈਮ ਆਲਸੋ ਕਿ ਕਿੰਨੀ ਵਾਰੀ ਹੁੰਦਾ ਫਿਰ ਉਹ ਗੱਲਾਂ ਸ਼ੁਰੂ ਹੁੰਦੀਆਂ। ਹੋਪ ਕਿ ਇਸ ਵਾਰੀ ਗੱਲਾਂ ਹੁੰਦੇ ਹੁੰਦੇ ਕੁਛ ਜ਼ਰੂਰ ਪੋਜ਼ਿਟਿਵ, ਯੂ ਨੋ, ਗਨ ਕੰਟਰੋਲ ਦੇ ਬਾਰੇ ਕੀਤਾ ਜਾਏ। ਬਟ ਐਜ਼ ਆਲਵੇਜ਼, ਜਿੰਨਾ ਮਰਜ਼ੀ ਮਨ ਭਾਰਾ ਹੋਏ, ਜੋ ਸਾਡੇ ਕੋਲ ਸਵਾਲ ਆਇਆ ਉਹ ਸਾਨੂੰ ਕਰਨਾ ਹੀ ਹੈ ਔਰ ਉਹਦੇ ਬਾਰੇ ਅਸੀਂ ਰਾਏ ਜ਼ਰੂਰ ਦੇਣੀ ਹੈ। ਸੋ ਜੋ ਕੇਸ ਅੱਜ ਸਾਡੇ ਕੋਲ ਹੈਗਾ, ਇੱਕ ਕੁੜੀ ਨੇ ਕੰਟੈਕਟ ਕੀਤਾ ਸਾਨੂੰ, ਯੰਗ ਕੁੜੀ ਹੈ, ਇੰਗੇਜਡ ਹੈ, ਸ਼ੀਜ਼ ਸੈਡ ਸ਼ੀਜ਼ ਗੈਟਿੰਗ ਮੈਰਿਡ ਨੈਕਸਟ ਈਅਰ। ਬਟ ਜੋ ਸਵਾਲ ਕਰ ਰਹੀ ਹੈ ਉਹ ਆਪਣੇ ਪੇਰੈਂਟਸ ਦੇ ਨਾਲ ਮਿਲ ਕੇ ਕਰ ਰਹੀ ਹੈ, ਆਪਣੇ ਬਾਰੇ ਨਹੀਂ, ਆਪਣੀ ਸਿਸਟਰ ਬਾਰੇ। ਇਹ ਤਿੰਨ ਭੈਣਾਂ ਨੇ, ਜਿਹੜੀ ਇੱਕ ਪਹਿਲੇ ਵੱਡੀ ਹੈਗੀ ਹੈ, ਉਹਦਾ ਵਿਆਹ ਹੋਇਆ ਹੋਇਆ, ਸ਼ੀ ਇਜ਼, ਯੂ ਨੋ, ਹੈਪੀਲੀ ਮੈਰਿਡ, ਸੈਟਲਡ। ਜਿਹੜੀ ਸੈਕਿੰਡ ਨੰਬਰ ਦੀ ਸੀਗੀ, ਉਹਨੇ ਕਹਿੰਦੇ ਬੜਾ ਟਫ ਟਾਈਮ ਦੇਖਿਆ ਕਿ ਇੱਕ ਮੁੰਡਾ ਜਿਹਨੂੰ ਉਹ ਪਸੰਦ ਕਰਦੇ ਸੀ, ਉਹ ਕਹਿੰਦੇ ਸਾਡੇ ਘਰ ਵਾਲਿਆਂ ਨੂੰ ਇੰਨੀ ਪ੍ਰੋਬਲਮ ਨਹੀਂ ਸੀ, ਬਿਕੋਜ਼ ਕਾਲਜ ਸਕੂਲ ਦੇ ਵਿੱਚ ਇਕੱਠੇ ਸੀਗੇ, ਐਂਡ ਉਹਨਾਂ ਦੇ ਮੁੰਡੇ ਵਾਲਿਆਂ ਨੂੰ ਬੜੀ ਪ੍ਰੋਬਲਮ ਸੀ ਕਿ ਕਾਸਟ ਡਿਫਰੈਂਟ ਹੈ। ਆਈ ਨੋ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਮੁਸ਼ਕਿਲ ਹੈ, ਪਰ ਦਿਖ ਵੀ ਰਿਹਾ ਕਿ ਅੰਦਰ ਹੀ ਅੰਦਰ ਅਗਰ ਉਹ ਡਿਫਰੈਂਸਿਸ ਸਾਨੂੰ ਲੱਗਦੇ ਹੋਣ ਔਰ ਅਸੀਂ, ਯੂ ਨੋ, ਕਿਸ ਤਰ੍ਹਾਂ ਰਿਐਕਟ ਕਰਦੇ ਹਾਂ। ਬਟ ਐਨੀਵੇਜ਼, ਸੋ ਕਹਿੰਦੇ ਉਹ ਨਹੀਂ ਸਿਰੇ ਚੜ੍ਹ ਰਹੀ ਸੀ ਗੱਲ ਮੁੰਡੇ ਵਾਲਿਆਂ ਨੇ ਨਹੀਂ। ਦੋ ਸਾਲ ਦੇ ਵਰ ਗੋਇੰਗ ਸਟੱਡੀ, ਬੋਥ ਆਫ ਦੈਮ ਵਰ ਡੇਟਿੰਗ। ਉਸ ਤੋਂ ਬਾਅਦ ਮੁੰਡੇ ਨੇ ਬਿਲਕੁਲ ਅਚਾਨਕ, ਨਾ ਕੋਈ ਉਹ ਕਰਕੇ ਸਾਡੇ ਵੱਲੋਂ, ਯੂ ਨੋ, ਮਨਜ਼ੂਰੀ ਵੀ ਸੀਗੀ, ਬਟ ਇਹੀ ਕਿ ਹਾਂਜੀ ਮੈਂ ਇੰਡੀਆ ਜਾ ਰਿਹਾ, ਮੈਂ ਪੇਰੈਂਟਸ ਦੇ ਕਹੇ 'ਤੇ ਵਿਆਹ ਕਰਾ ਲਿਆ। ਸੋ ਉਹਨੇ ਇੰਡੀਆ ਵਿਆਹ ਕਰਾ ਲਿਆ, ਐਂਡ ਸ਼ੀ ਵਾਜ਼ ਰੀਅਲੀ ਹਰਟ ਕਿ ਕੋਈ ਕੰਪਲੀਟਲੀ ਕੋਈ ਗੱਲਬਾਤ ਕਰਕੇ ਕੋਈ ਕਲੋਜ਼ਰ ਦੇ ਕੇ ਵੀ ਨਹੀਂ ਹੋਇਆ ਕਿ ਹਾਂਜੀ ਮੈਨੂੰ ਇਹ ਕਰਨਾ ਹੀ ਪੈਣਾ, ਮੇਰੇ ਪੇਰੈਂਟਸ ਨਹੀਂ ਮੰਨਦੇ ਜਾਂ। ਸੋ ਬੜਾ, ਯੂ ਨੋ, ਰੋ ਜਿਹਾ ਇਸ ਤਰ੍ਹਾਂ ਹੀ ਛੋੜ ਕੇ ਉਹ ਇੰਡੀਆ ਵਿਆਹ ਕਰਕੇ ਆ ਗਿਆ। ਕਹਿੰਦੇ ਕੁਛ ਦੇਰ ਉਹਦਾ ਉਸ ਕੁੜੀ ਨਾਲ ਰਿਹਾ, ਫਿਰ ਉਸ ਤੋਂ ਬਾਅਦ ਇਹਨੂੰ ਕੰਟੈਕਟ ਕਰਨਾ ਸ਼ੁਰੂ ਕਰਤਾ ਕਿ ਮੈਂ ਬਿਲਕੁਲ ਉਹਦੇ ਨਾਲ ਨਹੀਂ ਰਹਿ ਸਕਦਾ, ਮੇਰੀ ਬਿਲਕੁਲ ਨਹੀਂ ਬਣਦੀ ਉਹਦੇ ਨਾਲ ਔਰ ਮੇਰੇ ਤੋਂ ਗਲਤੀ ਹੋ ਗਈ ਹੈ, ਆਈ ਜਸਟ ਵਾਂਟ ਯੂ। ਸੋ ਸ਼ੀ ਸੇਜ਼, ਉਸ ਵੇਲੇ ਜਦੋਂ ਸਾਰੀ ਫੈਮਿਲੀ ਬਹੁਤ ਅਗੇਂਸਟ ਸੀ ਕਿ ਨਹੀਂ ਇਹ ਬਿਲਕੁਲ ਗਲਤ ਹੈ, ਉਹ ਪਹਿਲੇ ਇੰਨਾ ਕਿਉਂ, ਯੂ ਨੋ, ਕਾਵਰਡ ਸੀ ਜਾਂ ਕਹਿ ਨਹੀਂ ਸਕਦਾ ਸੀ ਆਪਣਾ ਪੁਆਇੰਟ ਆਫ ਵਿਊ, ਆਪਣੇ ਅਡਲਟ ਹੈ, ਪੇਰੈਂਟਸ ਦੇ ਸਾਹਮਣੇ ਇੰਨੀ ਕਿਹੜੀ ਜ਼ਬਰਦਸਤੀ ਹੋ ਗਈ ਉਹਦੇ ਨਾਲ। ਸੋ ਅਸੀਂ ਕਾਫੀ, ਮੇਰੇ ਫਾਦਰ ਵੀ, ਮਦਰ, ਸਾਰੇ ਅਗੇਂਸਟ ਸੀਗੇ ਕਿ ਹੁਣ ਨਹੀਂ ਕਰਨਾ। ਫਿਰ ਉਹ ਪਤਾ ਨਹੀਂ ਕਿਸ ਤਰ੍ਹਾਂ ਆਫਿਸ ਪਹੁੰਚ ਜਾਂਦਾ ਸੀ, ਮੈਨੂਪਲੇਟਿਵ ਸੀਗਾ ਬੜਾ, ਅਤੇ ਉਹਨੇ ਇਹਨੂੰ ਇਹਦਾ ਮਨ ਜਿੱਤ ਲਿਆ। ਦੂਜੇ ਪਾਸੇ ਡਿਵੋਰਸ ਹੋ ਗਿਆ, ਇਹਦੇ ਨਾਲ ਵਿਆਹ ਕਰ ਲਿਆ। ਹੁਣ ਇਨ ਅ ਵੇ ਇਹ ਪੇਰੈਂਟਸ ਦੇ ਅਗੇਂਸਟ ਜਾ ਕੇ ਵੀ ਵਿਆਹ ਹੁਣ ਸ਼ਾਮਿਲ ਹੋਏ ਇਹ ਸਾਰੇ ਵਿਆਹ ਦੇ ਵਿੱਚ, ਪਰ ਇੰਝ ਲੱਗਿਆ ਜਿਵੇਂ ਦੋਨੋਂ ਪਰਿਵਾਰ ਇਸ ਵੇਲੇ ਨਾ ਤਾਂ ਆਪਸ ਵਿੱਚ ਮਿਲ ਸਕੇ, ਕਿਉਂਕਿ, ਯੂ ਨੋ, ਇੱਕ ਪਹਿਲੇ ਇਹਨਾਂ ਨੂੰ ਪਤਾ ਸੀ ਕਿ ਮੁੰਡੇ ਵਾਲਿਆਂ ਨੂੰ ਅਸੀਂ ਪਸੰਦ ਨਹੀਂ ਹਾਂ ਫੋਰ ਐਨੀ ਰੀਜ਼ਨ। ਸੋ ਇੱਕ ਤਰ੍ਹਾਂ ਨਾਲ ਪਰਿਵਾਰ ਨਹੀਂ ਮਿਲੇ, ਮੁੰਡੇ ਕੁੜੀਆਂ ਨੇ ਵਿਆਹ ਕਰ ਲਿਆ। ਵਿਦ ਇਨ ਈਅਰ ਕੁੜੀ ਨੂੰ ਇਹ ਪਤਾ ਲੱਗ ਗਿਆ ਕਿ ਹੀ ਵਾਜ਼ ਚੀਟਿੰਗ ਔਨ ਹਰ ਕਿਸੇ ਹੋਰ ਦੇ ਨਾਲ, ਕਿਸੇ ਗੋਰੀ ਦੇ ਨਾਲ। ਸੋ ਉਹ ਪ੍ਰੂਵ ਹੋ ਗਿਆ ਸਾਰਾ ਕੁਛ, ਕਹਿੰਦੀ ਸ਼ੀ ਵਾਜ਼ ਸੋ ਹਰਟ, ਇਤਨੀ ਡਿਪਰੈਸਡ ਔਰ ਇਤਨੀ, ਯੂ ਨੋ, ਬਹੁਤ ਉਹਨੇ ਥੈਰੇਪੀ ਵਗੈਰਾ ਵੀ ਗਈ ਕਿ ਮੇਰੇ ਨਾਲ ਕਿਉਂ ਹੋ ਰਿਹਾ, ਵਾਈ ਇਜ਼ ਇਟ ਵਿਦ ਮੀ, ਉਹਦਾ ਇਹੀ ਸੀ। ਹੁਣ ਕਹਿੰਦੀ ਹੈ ਕਿ ਡਿਵੋਰਸ ਵੀ ਹੋ ਗਿਆ, ਦੁਬਾਰਾ ਅਸੀਂ ਸਾਰੇ ਸਪੋਰਟ ਕਰਕੇ ਕਿ ਸ਼ੀ ਇਜ਼ ਬੈਕ ਹੋਮ, ਘਰ ਆ ਗਈ ਹੈ, ਪਰ ਸਮਹਾਓ ਸਾਨੂੰ ਇੰਝ ਲੱਗਦਾ ਕਿ ਉਹਦਾ ਮਨ ਕਿਤੇ ਹੋਰ ਨਹੀਂ ਜਾ ਰਿਹਾ। ਅਸੀਂ ਉਹ ਚਾਹੁੰਦੇ ਹਾਂ ਕਿ ਉਹ ਮੂਵ ਔਨ ਕਰੇ, ਇਹ ਇੱਕ ਬੈਡ ਚੈਪਟਰ ਵਾਕਣ ਖਤਮ ਹੋ ਜਾਏ ਗੱਲ, ਕਿ ਇੱਕ ਬੈਡ ਚੋਇਸ ਸੀਗੀ ਉਸ ਬੰਦੇ ਨੇ, ਇਹਦਾ ਵੀ ਕਸੂਰ ਨਹੀਂ ਹੈ, ਇੰਨਾ ਉਹ ਮੈਨੂਪਲੇਟਿਵ ਸੀਗਾ, ਪਰ ਹੁਣ ਉਹ ਕਿਵੇਂ ਪ੍ਰੋਲੋਂਗ ਕਰ ਰਹੀ ਹੈ ਕਿ ਉਹ ਸ਼ੀ ਹੇਟਸ ਹਿਮ, ਸ਼ੀ ਸੇਜ਼ ਸ਼ੀ ਹੇਟਸ ਹਿਮ, ਬਟ
मूव ऑन नहीं कर पा रही. सो इन अ वे रिवेंज से रिवेंज लैंड की कोशिश कर रही है जिदे चोदी लाइफ कंज्यूम हो चुकी है. कहते उन्हें प्राइवेट डिटेक्टिव हायर किया जिदे तो ये पता लगे कि वह कोई गलत चीज़ा जो कर रहा वो इनू पता लगे. जो भी कुछ इनू पहले भी थोड़ी बहुत पता सी उन्हें ऑफिस जाके सारे नू दसिया. सो ही वॉज आउट ऑफ जॉब. उन्हें फिर कितने होर जॉब लै ली. उस तो बाद इस कुड़ी नू जाके मिली है जो भी उदी यू नो गर्लफ्रेंड सी उस वेले. और उदे नाल कट्ठे होके उन्हें दस के यू नो इन सारा किया. कट्ठे होके उन्हें काफ़ी ज़्यादा उस मुंडे दी यू नो एक तरह नाल इंट्रस्ट लव इंट्रस्ट तो सारा ख़त्म करता. सो कुड़ी भी पिछे हट गई. पर हुण कोई भी चीज़ होए उन्हें स्टॉक करती रहती है. हाले भी उन्हें प्राइवेट डिटेक्टर यू नो हायर किया होया है और उदी इनफॉर्मेशन उन्हें मिलती रहती है. आप भी स्टॉक करती रहती है हर वेले उदे बारे इंट्रस्टिड होंगी है कि वह की कर रहा है. चलो पर शी वॉन्ट्स टू रियून हिम लाइक उदी डिस्ट्रॉय करना चाहती है लाइफ हर चीज़ दे विच. पर तीन साल हो गए हैं इंज लगता है कि यही करती रहेगी तो आप की करेगी. मतलब शी शुड मूव ऑन. साढ़े मेरे पेरेंट्स भी कहते हैं कि यू नो हुण बहुत हो गया उस चीज़ नू ख़त्म करके कोई होर लड़का देख के तेरा विआह करना चाहिए. बट हाँ कर देंदी है. बट सानू पता है कि असी लड़का देखिए भी तो की करांगे बिकॉज हर माइंड इज़ ऑलवेज देयर. की कहंदे हो सारे जरूर दसो कि इस कुड़ी दा पेरेंट्स और छोटी भैन सारयां दे वल्लों एक सवाल है कि असी किस की करिए तां कि वो ये भी पूछ रहे ने कि वी अंडरस्टैंड कि वो बहुत हर्ट है और उहदा जिहड़ा जख्म है असी नहीं महसूस किया होया क्योंकि वो पेरेंट पहले तो शी वॉज इन लव एंड दैन धोखा होया फिर पेरेंट्स के अगेंस्ट जाके इन अ वे विआह किया फिर वो दोबारा धोखा होया. सो जो भी है असी समझते हैं कि वो बहुत उहदा दुख असी नहीं महसूस कर सकते. बट इन्हों का सवाल है कि असी की करिए उन्हें किस तरह हैल्प कर सकते हैं कि वो यू नो मूव ऑन करे और उस बंदे बारे सोचना बंद कर दे. थेरेपी कर चुकी है एंड इंडिपेंडेंट है अच्छा कमा रही है और हुण जो कोई खास जिद करके गल होंदी है कि नहीं तू यू नो तेरा साथ नहीं देना इस गल ते कि भई थोड़ी बहुती होंदी है क्योंकि सानू लगता है कि असी इंज ना लगे उन्हें कि असी सपोर्ट नहीं कर रहे. पर फिर भी जो थोड़ा जहा इस तरह का अपना एक्सप्रेशन करो कि हाँ तुम ये चीज़ ना करो छड़ पर यू नो मुंडा होर कोई देख के तो कहें कि आराम नाल है. बड़ी क्वाइट जी कुड़ी है. सो कहती है कि नहीं मैं ना अपार्टमेंट देख रही हाँ मैं इन्ने का. सो मतलब अलग होने की गल करती है. वो सोचती है कि साढ़े तो भार है. वो समझती है कि यू नो नहीं नहीं मैं थोड़ा बॉदर नहीं करना चाहती इस उदे विच. बट हर सेल्फ शी इज़ अनएबल टू मूव ऑन. कहते हैं कोई किसी का एक्सपीरियंस होए किसी की टिप होए जिहड़ी कि वी कैन हैल्प हर एज अ पेरेंट एज अ सिस्टर उहदी हैल्प किस तरह कर सकते हैं कि इट्स ईटिंग हर अवे. जिहड़ा एक बदले की भावना होंदी है अपने आप नूं अंदरों खाई जाती है. वह कहते हैं कि माँ बहुत दुखी होंदी उन्हें देख के क्योंकि बस काम जाती है वापस आती है. असी बड़ी कोशिश करते हैं जोड़े पुराने फ्रेंड्स हैं मेरे फ्रेंड्स हैं उन्होंने इनवॉल्व करिए. करती है मना नहीं करती बट सानू पता लगता है कि अंदरों नहीं करती. अंदरों ध्यान उहदा बहुत ज़्यादा कंज्यूम जिवें हो जाता ना बंदा वो उसी बंदे वाल है कि वह की कर रहा है वह कितने जा रहा है उन्होंने कोई चंगी नौकरी तो नहीं मिल रही. लाइक शी मेक्स श्योर कि उन्होंने नौकरी ना मिले उन्होंने कुड़ी ना मिले विच इज़ ओके. बट असी इनू ये भी कहते हैं और कुड़ी कह रही है कि मैं बिना पेरेंट्स के भी उन्होंने कहा कि ठीक है मैं तेरा साथ दाँगी उन्होंने तू खराब कर पर नाल दी नाल तू किसी होर दे नाल डेट कर या किसी नू देख ताकि तू अपना भी वो लव वाला जड़ा बिल्कुल खाली पे है कॉर्नर वो तू यू नो यू गेट सैटिस्फाइड दैट वे टू सो दैट इन द लोंग रन असी तेरा विआह कर सकीए. हाले असी विआह वास्ते भी नहीं जबरद यू नो कह रहे कि पुश कर रहे. सो प्लीज़ दसो की कहंदे हो इन्हां नूं जरूर यू नो कॉल करो दसो की कहंदे हो. आई एम श्योर अ लिटल बिट ऑड क्वेश्चन. सो प्लीज़ ध्यान नाल सोच लो. मैं इंज करदी हाँ एक छोटी जी ब्रेक ला लैनी हाँ तुसी कॉल करदे रहो. सारे का फिर स्वागत है. लेट्स सी सारे की कह रहे ने इन्हां नूं पुछते हैं. हैलो हेलो सत श्री अकाल जी. सत श्री अकाल जसप्रीत जी दसो की कहंदे हो. हां जी अज मैं कहांगी
ਇਹ ਨਾ ਹਿਊਮਨ ਨੇਚਰ ਹੈਗਾ, ਜਦੋਂ ਸਾਡੇ ਨਾਲ ਕੋਈ ਧੋਖਾ ਹੁੰਦਾ ਨਾ ਤੇ ਸਾਡਾ ਮਨ ਪਹਿਲਾਂ ਬਦਲੇ ਲੈਣ ਚ ਜਾਂਦਾ ਹੈਗਾ, ਯੂ ਨੋ। ਤੇ ਮੈਂ ਕਹਾਂਗੀ ਇਹ ਸਾਰੇ ਪੇਰੈਂਟਸ ਤੇ ਭੈਣ ਭੈਣਾਂ ਜਿਸ ਤਰ੍ਹਾਂ ਵੀ ਇਹਨਾਂ ਨੂੰ ਠੀਕ ਲੱਗਦਾ, ਬੈਠ ਕੇ ਨਾ ਉਹਦੇ ਨਾਲ ਗੱਲ ਕਰਨ, ਪਿਆਰ ਨਾਲ, ਬਹੁਤ ਪਿਆਰ ਨਾਲ। ਰਾਈਟ ਨਾਓ ਇਹਨਾਂ ਸਾਰਿਆਂ ਦੀ 100% ਸਪੋਰਟ ਚਾਹੀਦੀ ਹੈ, ਬਹੁਤ ਸਾਰਾ ਪਿਆਰ ਚਾਹੀਦਾ। ਤੇ ਉਹਦਾ ਮਨ ਨਾ ਜਿੰਨਾ ਮੈਂ ਕਹਿੰਦੀ ਹਾਂ ਤੁਸੀਂ ਜਿੰਨਾ ਵਕਤ ਆਪਣਾ ਬਰਬਾਦ ਕਰ ਰਹੇ ਹੋ ਨਾ, ਤੁਸੀਂ ਕਿਸੇ ਹੋਰ ਨੂੰ ਕੰਟਰੋਲ ਦੇ ਰਹੇ ਹੋ, ਪਾਵਰ ਦੇ ਰਹੇ ਹੋ। ਨੋਬਡੀ ਹੈਜ਼ ਦੈਟ ਪਾਵਰ ਟੂ ਮੇਕ ਯੂ ਫੀਲ ਸੈਡ ਜਾਂ ਡਿਪਰੈਸ, ਯੂ ਨੋ। ਤੁਸੀਂ ਆਪਣਾ ਜਿਹੜਾ ਪਾਵਰ, ਆਪਣਾ ਕੰਟਰੋਲ, ਆਪਣੇ ਮਨ ਦਾ ਮਨ ਦੀ ਸਥਿਤੀ ਆ, ਉਹ ਤੁਸੀਂ ਕਿਸੇ ਹੋਰ ਨੂੰ ਦੇ ਰਹੇ ਹੋ, ਕਿਉਂ ਦੇ ਰਹੇ? ਰਾਈਟ? ਤੇ ਆਈ ਨੋ ਕਾਉਂਸਲਿੰਗ ਉਹਨੇ ਕਰਾਈ ਹੈਗੀ ਆ, ਪਰ ਜਿੰਨਾ ਅਸੀਂ ਉਹਨੂੰ ਮਿਲੇਗਾ ਕਿ ਮਤਲਬ ਉਹਨੂੰ ਸਮਝਾਉਣਾ ਪਊਗਾ ਵੀ ਆਪਣਾ ਵਕਤ ਇੰਨਾ ਬਰਬਾਦ ਕਰ ਰਹੀ ਆ। ਤੇ ਠੀਕ ਹੈ, ਸਾਰਾ ਐਕਨੋਲੇਜ ਕਰਨ ਜੋ ਹੋਇਆ, ਤੇ ਰਾਈਟ ਨਾ ਉਹ ਬਈ ਜਿੰਨਾ ਇਹਦਾ ਮਨ ਨਾ ਇੱਧਰ ਨਾ ਨਾ ਆਈ ਮੀਨ ਉੱਥੋਂ ਦੂਰ ਕਰਨਾ ਪਏਗਾ ਉਹਨੂੰ, ਉਹਦਾ ਕੋਈ ਅੰਤ ਨਹੀਂ ਹੈਗਾ, ਕੁਛ ਮਿਲਣਾ ਨਹੀਂ ਹੈਗਾ, ਕਿੰਨਾ ਵਕਤ ਆਪਣਾ ਬਰਬਾਦ ਕਰੀ ਜਾਊਗੀ। ਜੀ ਬਿਲਕੁਲ, ਥੈਂਕ ਯੂ ਸੋ ਮਚ ਜਸਪ੍ਰੀਤ। ਆਈ ਥਿੰਕ ਵਨ ਥਿੰਗ ਯੂ ਸੈਡ ਵਾਸ ਵੈਰੀ ਇਫੈਕਟਿਵ, ਆਈ ਹੈਵ ਆਲਵੇਸ ਸੀਨ ਦੈਟ, ਕਿ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਉਹਨਾਂ ਨੇ ਸਮਝਾਇਆ ਤੇ ਹੋਏਗਾ। ਔਰ ਪਹਿਲੇ ਜੋ ਮੈਨੂੰ ਉਹਨਾਂ ਦੀ ਗੱਲ ਤੋਂ ਸਮਝ ਆਈ ਉਹ ਵੀ ਸੀ ਕਿ ਪਹਿਲੇ ਉਹ ਸਪੋਰਟ ਕਰੀ ਜਾ ਰਹੇ ਸੀ, ਕਿ ਇਹ ਨਾ ਲੱਗੇ ਉਹਨਾਂ ਨੂੰ ਕਿ ਤੁਸੀਂ ਤਾਂ ਨਹੀਂ ਨਾ ਇਸ ਚੋਂ ਨਿਕਲੇ, ਮੈਂ ਨਿਕਲੀ ਹਾਂ, ਮੇਰਾ ਮੈਨੂੰ ਦੁੱਖ ਪਤਾ। ਸੋ ਦੇ ਵਾਸ ਸਪੋਰਟਿੰਗ ਹਰ, ਪਰ ਨਾ ਉਹ ਅਗਰ ਉਹ ਕਿਸੇ ਤਰ੍ਹਾਂ ਇਹ ਗੱਲ ਕਹਿੰਦੇ ਨਾ ਕਿ ਤੂੰ ਕੰਟਰੋਲ ਉਹਨੂੰ ਦਿੱਤਾ ਹੋਇਆ, ਹੀ ਇਜ਼ ਸਟਿਲ ਵਿਨਿੰਗ, ਯੈਸ, ਸੋ ਦੈਟ ਮਾਈਟ ਹੈਲਪ। ਸੋ ਥੈਂਕ ਯੂ ਸੋ ਮਚ ਫੋਰ ਦੈਟ ਟਿਪ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਨਮਸਕਾਰ ਅਰਵਿੰਦ। ਨਮਸਕਾਰ ਜੀ ਸੁਦਰਸ਼ਨ ਜੀ, ਦੱਸੋ। ਮੈਂ ਸੋਚ ਰਹੀ ਹਾਂ ਕਿ ਉਸ ਵਿਚਾਰੀ ਦੋ ਵਾਰੀ ਚੀਟ ਹੋਈ ਹੈ, ਉਹਦੇ ਨਾਲ ਦੋ ਵਾਰੀ ਉਹਨੇ ਧੋਖਾ ਕੀਤਾ, ਰਾਈਟ। ਤੇ ਉਹਦੇ ਤੋਂ ਸ਼ਾਦੀ ਤੋਂ ਜ਼ੋਰ ਨਾ ਪਾਣ, ਉਹਨੂੰ ਸਿਰਫ ਇਹੀ ਦਿਮਾਗ 'ਚ ਲਗਾਉਣ ਕਿ ਤੂੰ ਉਹਦਾ ਰਿਵੈਂਜ ਲੈਣਾ ਛੱਡ ਦੇ, ਕਿਉਂਕਿ ਜਿੰਨੀ ਦੇਰ ਉਹਦੇ ਦਿਮਾਗ 'ਚ ਰਿਵੈਂਜ ਲੈਂਦੀ ਹੋਈ ਨਾ, ਉਨੀ ਦੇਰ ਉਹਦਾ ਆਪਣਾ ਆਪਣੀ ਪਰਸਨੈਲਿਟੀ ਖਰਾਬ ਹੁੰਦੀ ਰਹੇਗੀ। ਬਿਲਕੁਲ, ਆਪਣੇ ਸੋਚ ਵਿਚਾਰ ਵੀ ਖਰਾਬ ਹੋਏਗੀ। ਉਸਨੂੰ ਸੋਚਣ ਵਾਸਤੇ, ਉਹਨੂੰ ਛੱਡਣ ਵਾਸਤੇ ਉਹਨੂੰ ਕਾਉਂਸਲਿੰਗ ਦੀ ਬੜੀ ਸਖ਼ਤ ਜ਼ਰੂਰਤ ਹੈ, ਥੋੜੇ ਲੰਬੇ ਅਰਸੇ ਵਾਸਤੇ। ਹਾਂਜੀ ਹਾਂਜੀ, ਕਾਉਂਸਲਿੰਗ ਕਰਵਾਵੇ, ਉਹਨਾਂ ਦੇ ਬਾਅਦ ਆਪਣੇ ਆਪ ਮੂਵ ਆਨ ਹੋਏਗੀ। ਜਿਸ ਵੇਲੇ ਉਹਦਾ ਦਿਮਾਗ ਜਿਸ ਵੇਲੇ ਉਹਦੇ ਚੋਂ ਹਟੇਗਾ ਨਾ, ਤਾਂ ਉਹ ਦੂਸਰੇ ਬੰਦੇ ਸੋਚ ਸਕਦੀ ਹੈ, ਉਹ ਰਿਵੈਂਜ ਦਾ ਜਿਹੜਾ ਹੈ ਉਹ ਚੀਜ਼ ਛੱਡ ਦੇਵੇ। ਬਿਲਕੁਲ ਨਹੀਂ, ਤੁਸੀਂ ਸੁਦਰਸ਼ਨ ਜੀ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਜੋ ਪਰਸਨੈਲਿਟੀ ਤੇ ਇਫੈਕਟ ਹੈ ਨਾ ਉਹਦਾ, ਉਹ ਛੋਟੀ ਭੈਣ ਕਹਿ ਰਹੀ ਹੈ ਕਿ ਸਭ ਤੋਂ ਸਮਾਰਟ, ਸਭ ਤੋਂ ਸਿਆਣੀ, ਬਟ ਹੁਣ ਉਹ ਸਾਰਿਆਂ ਨਾਲ ਮਿਲਾਪੜੀ ਸਭ ਕੁਝ, ਹੁਣ ਇੱਕ ਡਿਫਰੈਂਟ ਹੀ ਉਹ ਬੰਦਾ ਬਣੀ ਹੋਈ ਹੈ, ਕਿਉਂਕਿ ਉਹ ਸੋਚ ਜਿਹੜੀ ਉਹਨੂੰ ਖਰਾਬ ਕਰ ਰਹੀ ਹੈ। ਕਿਸੇ ਵਾਸ ਅਸੀਂ ਵੀ ਕੋਈ ਚੀਜ਼ ਹੈ ਕਿਸੇ ਵਾਸਤੇ ਅਗਰ ਬੁਰਾ ਸੋਚਦੇ ਹਾਂ, ਸਭ ਤੋਂ ਪਹਿਲੇ ਸਾਡੇ ਤੇ ਆਪਣੇ ਤੇ ਅਸਰ ਉਸ ਚੀਜ਼ ਦਾ ਹੁੰਦਾ, ਬਿਲਕੁਲ ਕੀ ਆਉਂਦੀ ਹੈ, ਸੋ ਤੁਹਾਡੀ ਪਰਸਨੈਲਿਟੀ ਚੇਂਜ ਹੁੰਦੀ ਹੈ ਜੀ। ਔਰ ਜਿਹੜੀ ਚੀਜ਼ ਇੰਨੀ ਲੰਬੀ ਚਲੀ ਜਾਏ ਕਿ ਯੂ ਆਰ ਇਰੀਟੇਟਡ ਐਂਡ ਫਰਸਟ੍ਰੇਟਡ ਫॉर ਸੋ ਲੰਗ, ਇਰੀਟੇਟ ਆਪ ਹੀ ਇਰੀਟੇਟ ਹੋਏਗੀ, ਦੂਜਿਆਂ ਨੂੰ ਵੀ ਇਰੀਟੇਟ ਕਰੇਗੀ। ਇਹ ਕਾਉਂਸਲਿੰਗ ਉਹਦੇ ਵਾਸਤੇ ਥੋੜੀ ਲੰਬੇ ਅਰਸੇ ਵਾਸਤੇ ਚਾਹੀਦੀ ਹੈ, ਬੜੀ ਜ਼ਰੂਰੀ ਹੈ ਜੀ ਜੀ। ਉਹਦੇ ਚੋਂ ਰਿਵੈਂਜ ਹਟਾ ਦੇਵੇ ਉਹਨੂੰ, ਉਹਨੂੰ ਭੁੱਲਣਾ, ਉਹਨੂੰ ਭੁੱਲ ਜਾਏ ਦੋ ਵਾਰੀ ਉਹਨੇ ਚੀਟ ਕੀਤਾ, ਦੁਨੀਆ ਬੜੀ ਖਰਾਬ ਹੈ, ਕੋਈ ਗੱਲ ਨਹੀਂ। ਉਹ ਕਾਉਂਸਲਰ ਨੂੰ ਦੱਸਣਗੇ, ਅਸੀਂ ਤਾਂ ਨਹੀਂ ਦੱਸ ਸਕਦੇ ਉਹ ਕਿਸ ਕਿਸ ਤਰ੍ਹਾਂ ਦੇ ਉਹਨੂੰ ਕੁਐਸਚਨ ਕਰਦੇ ਨੇ, ਕਿਸ ਕਿਸ ਤਰ੍ਹਾਂ ਸਿਖਾਉਂਦੇ ਆ, ਲੇਕਿਨ ਇਹ ਮਸਟ ਹੈ। ਠੀਕ ਹੈ, ਬਹੁਤ ਵਧੀਆ ਸੁਦਰਸ਼ਨ ਜੀ, ਥੈਂਕ ਯੂ ਸੋ ਮਚ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹੈਲੋ ਅਰਵਿੰਦ ਜੀ, ਮੈਂ ਤੁਹਾਨੂੰ ਅੱਗੇ ਵੀ ਕਾਲ ਕੀਤੀ ਸੀ, ਤੁਸੀਂ ਫੋਨ ਕਰਿਓ। ਹਾਂਜੀ, ਤੇ ਮੈਂ ਤੁਹਾਨੂੰ ਫਿਰ ਦੱਸੂਗੀ, ਮੇਰੇ ਨਾਲ ਵੀ ਇਦਾਂ ਦਾ ਹਾਦਸਾ ਹੋਇਆ ਸੀ, ਤੇ ਤੁਸੀਂ ਮੈਨੂੰ ਮੇਰੇ ਫੋਨ ਤੇ ਫੋਨ ਕਰ ਲਿਓ। ਅੱਛਾ ਜੀ, ਅੱਜ ਵਾਸਤੇ ਕੀ ਕਹੋਗੇ? ਹਾਂ, ਮੈਂ ਇਹੀ ਦੱਸਣਾ ਤੁਹਾਨੂੰ, ਜਿੱਦਾਂ ਤੁਹਾਨੂੰ ਤਾਂ ਟਾਈਮ ਮਿਲੇ ਮੈਨੂੰ ਕਾਲ ਕਰਿਓ। ਠੀਕ ਹੈ ਜੀ, ਠੀਕ ਹੈ, ਓਕੇ ਜੀ, ਇਹਨਾਂ ਨੂੰ ਪੁੱਛਦੇ ਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜਦੋਂ ਵੀ ਫੋਨ ਮਿਲਾਉਂਦੇ ਹੋ ਨਾ, ਧਿਆਨ ਦਿਆ ਕਰੋ ਫੋਨ 'ਤੇ, ਸਮਾਂ ਨਹੀਂ ਹੁੰਦਾ ਕਿ ਅਸੀਂ ਯੂ ਨੋ ਉਹਦੇ 'ਤੇ ਹੋਰ ਵੇਟ ਕਰੀਏ। ਸੋ ਫਿਰ ਦੁੱਖ ਹੁੰਦਾ ਕਿ ਤੁਸੀਂ ਮਿਲਾ ਕੇ ਬੈਠੇ ਹੋਏ ਔਰ ਤੁਹਾਡਾ ਫੋਨ ਨਹੀਂ ਮਿਲਿਆ। ਸੋ ਪਲੀਜ਼ ਕਾਲ ਅਸ ਬੈਕ, ਮੈਂ ਇਹਨਾਂ ਨੂੰ ਪੁੱਛਦੀ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਜੀ ਮੈਂ ਰਾਜਵਿੰਦਰ ਬੋਲਦੀ ਹਾਂ। ਹਾਂਜੀ, ਸਵਾਗਤ ਹੈ। ਉਹਨਾਂ ਨੂੰ ਇਹ ਸੁਜੈਸ਼ਨ ਦਵਾਂਗੀ ਕਿ ਉਹਨਾਂ ਨੂੰ ਸਾਈਕੈਟ੍ਰਿਕ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਕਿਸੇ ਨੂੰ। ਜੀ ਜੀ। ਸੋ ਦੇਰ ਇਜ਼ ਮੈਡੀਕੇਸ਼ਨ ਲਾਈਕ ਸ਼ੀ ਵਿਲ ਗੈਟ ਰੈਡ ਫਰੋਮ ਦਿਸ ਟਰੋਮਾ। ਠੀਕ ਹੈ। ਅਦਰਵਾਈਜ਼ ਮੈਡੀਕੇਸ਼ਨ ਦੀ ਹੈਲਪ ਤੋਂ ਬਿਨਾ ਬਹੁਤ ਮੁਸ਼ਕਲ ਨਿਕਲਣਾ ਹੈ। ਹਾਂਜੀ, ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਲੰਬਾ ਚਲਾ ਗਿਆ। ਕੋਈ ਵੀ ਦੇਰ ਇਜ਼, ਹਾਂਜੀ, ਕੋਈ ਵੀ ਗਰੀਫ ਹੁੰਦਾ ਹੈ, ਕੋਈ ਹਰਟ ਅਸੀਂ ਫੀਲ ਕਰਦੇ ਹਾਂ ਨਾ, ਟਾਈਮ ਹੀਲ ਕਰ ਦਿੰਦਾ। ਪਰ ਅਗਰ ਜੇ ਲੰਬਾ ਚੱਲਦਾ ਜਾਂਦਾ, ਉਹਨਾਂ ਨੇ ਥੈਰੇਪੀ ਕਰਾਈ ਹੈ, ਦੈਟਸ ਵਾਟ ਦ ਸਿਸਟਰ ਸੇਜ਼। ਬਟ ਮੇ ਬੀ ਜ਼ਿਆਦਾ ਨਹੀਂ ਦੇਰ ਨਹੀਂ ਗਏ ਹੋਣੇ, ਸੈਸ਼ਨਸ ਨਹੀਂ ਪੂਰੇ ਕੀਤੇ। ਥੈਰੇਪੀ ਦੇ ਨਾਲ ਕੋਈ ਫਰਕ ਨਹੀਂ ਪੈਣਾ ਖਾਸ। ਅੱਛਾ। ਜਿਹੜਾ ਕੈਮੀਕਲ ਸਾਡੇ ਬ੍ਰੇਨ ਦੇ ਵਿੱਚ ਬਣ ਲੱਗ ਜਾਂਦਾ ਹੈਗਾ ਹੈ, ਇਮਬੈਲੈਂਸ ਹੋ ਜਾਂਦਾ ਹੈਗਾ ਜੀ। ਪੋਜ਼ਿਟਿਵਿਟੀ ਵਾਲਾ ਜਿਹੜਾ ਕੈਮੀਕਲ ਹੈ ਉਹ ਘੱਟ ਬਣਦਾ ਹੈਗਾ, ਤੇ ਉਹਦੇ ਲਈ ਮੈਡੀਕੇਸ਼ਨ ਜਿਹੜੀ ਉਹ ਹੀ ਹੈਲਪ ਕਰਦੀ ਹੈ ਉਹਨੂੰ ਬੈਲੈਂਸ ਕਰਨ ਦੇ ਲਈ। ਓਕੇ। ਸੋ ਮੇਰੀ ਸਜੈਸ਼ਨ ਹੈ ਕਿ ਉਹਨਾਂ ਨੂੰ ਜ਼ਰੂਰ ਕਿਸੇ ਸਾਈਕੈਟ੍ਰਿਕ ਦੇ ਨਾਲ ਬੈਠਣਾ ਚਾਹੀਦਾ, ਤੇ ਇਹਨੂੰ ਕੋਈ ਲਾਈਟ ਜਿਹੀ ਮੈਡੀਕੇਸ਼ਨ ਲਗਾ ਦੇਣੀ ਚਾਹੀਦੀ, ਉਹਦੇ ਨਾਲ ਮਹੀਨੇ ਦੋ ਮਹੀਨਿਆਂ ਦੇ ਵਿੱਚ ਉਹਦੇ ਵਿੱਚੋਂ ਨਿਕਲੂਗੀ ਉਸ ਚੀਜ਼ ਦੇ ਵਿੱਚੋਂ। ਬਹੁਤ ਵਧੀਆ, ਥੈਂਕ ਯੂ ਸੋ ਮਚ ਫੋਰ ਦੈਟ ਸਜੈਸ਼ਨ। ਆਈ ਥਿੰਕ ਪੇਰੈਂਟਸ ਸੁਣ ਰਹੇ ਨੇ, ਸੋ ਬੜੀ ਹੋਏ ਕਿ ਕਿਸੇ ਤਰ੍ਹਾਂ ਡਾਕਟਰ, ਔਰ ਮੈਂ ਪਹਿਲੇ ਵੀ ਕਹਿੰਦੀ ਹਾਂ, ਜਦੋਂ ਵੀ ਫਿਜ਼ੀਕਲ ਮੈਂਟਲ ਕੁਛ ਵੀ ਤੁਹਾਡੀ ਸਟ੍ਰੈਸ, ਯੂ ਨੋ, ਕੋਈ ਪੇਨ ਅੰਦਰੋਂ, ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਜ਼ਿਆਦਾ ਲੰਬਾ ਤੁਸੀਂ ਕਿਸੇ ਚੀਜ਼ ਬਾਰੇ ਸੋਚੀ ਜਾ ਰਹੇ ਹੋ, ਕਈ ਚੀਜ਼ਾਂ ਨਹੀਂ ਨਹੀਂ ਇਹ ਠੀਕ ਹੋ ਜਾਣਾ, ਉਹ ਹੋ ਜਾਣਾ, ਪਰ ਇਹ ਇੱਕ ਓਬਸੈਸਿਵ ਥੋਟ ਜਿਹੜੀ ਹੈ ਕਿ ਉਸੇ ਬਾਰੇ ਸੋਚਣਾ ਹੈ, ਭਾਵੇਂ ਉਹਦੇ ਬਾਰੇ ਤੁਸੀਂ ਪਿਆਰ ਬਹੁਤ ਕਰ ਰਹੇ ਹੋ ਜਾਂ ਨਫ਼ਰਤ ਕਰ ਰਹੇ ਹੋ, ਪਰ ਥੋਟਸ ਦੇ ਵਿੱਚ ਉਹੀ ਹੈ, ਕੰਜ਼ਿਊਮਡ ਹੋ ਤੁਸੀਂ ਕਿਸੇ ਵੀ ਥੋਟ ਨਾਲ, ਯੂ ਨੋ, ਓ ਸੀ ਡੀ ਜਿਵੇਂ ਅਸੀਂ ਕਹਿੰਦੇ ਹਾਂ, ਓਬਸੈਸਿਵ ਥੋਟਸ ਆਈ ਜਾ ਰਹੀਆਂ। ਜ਼ਰੂਰ ਜ਼ਰੂਰ ਆਪਣੇ ਡਾਕਟਰ ਨੂੰ ਜ਼ਰੂਰ ਦੱਸੋ, ਜੇ ਨਹੀਂ ਪਤਾ ਨਾ ਕਿ ਹਾਂ ਕਿਹੜੇ ਸਾਈਕੈਟ੍ਰਿਸਟ ਕੋਲ ਜਾਈਏ, ਕਿਹੜੇ ਡਾਕਟਰ ਕੋਲ ਜਾਈਏ, ਫਸਟ ਥਿੰਗ ਇਜ਼ ਟੈਲ ਯੋਰ ਡਾਕਟਰ, ਟੈਲ ਯੋਰ ਡਾਕਟਰ ਕਿ ਏਂਜ ਹੋ ਰਿਹਾ, ਉਹ ਆਪਣੇ ਆਪ ਤੁਹਾਨੂੰ ਰੈਫਰਲ ਦੇਣਗੇ, ਭੇਜਣਗੇ, ਬਹੁਤ ਜ਼ਰੂਰੀ ਹੈ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਵੀ ਟੋਟਲੀ ਐਕਨੋਲੇਜ ਕਿ ਜੋ ਇਸ ਕੁੜੀ ਨਾਲ ਹੋਇਆ ਮਾੜਾ ਹੋਇਆ, ਬਟ ਓਵਰਆਲ ਓਵਰ ਦਾ ਈਅਰਸ, ਸੈਂਚੁਰੀਜ਼ ਕਹਿ ਲਓ, ਰਿਵੈਂਜ ਜਿਹੜਾ ਹੈ ਨਾ, ਮੰਨਦੇ ਹਾਂ ਹਮੇਸ਼ਾ ਤੋਂ ਇੱਕ ਜਸਟਿਸ ਵੇ ਨਾਲ ਵੀ ਬੜੀ ਪਾਪੂਲਰ ਸੀ, ਟਿਟ ਫੋਰ ਟੈਟ, ਯੂ ਨੋ, ਆਏ ਫੋਰ ਐਨ ਆਏ, ਕਿ ਜੋ ਜਿਸਨੇ ਜੋ ਗਲਤੀ ਕੀਤੀ ਹੈ ਨਾ ਉਹਨੂੰ ਉਹੀ ਉਪਰਲੀ ਪਨਿਸ਼ਮੈਂਟ ਮਿਲ ਜਾਏ। ਬਟ ਹੁਣ ਦੇ ਹਿਸਾਬ ਨਾਲ ਅਗਰ ਤੁਸੀਂ ਉਸ ਚੀਜ਼ ਤੋਂ ਅੱਗੇ ਹੀ ਨਹੀਂ ਵੱਧ ਪਾ ਰਹੇ, ਦੈਨ ਹੂਜ਼ ਬੀਂਗ ਹਰਟ? ਅਫਕੋਰਸ ਉਹਦੀ ਹਰਟ, ਉਹਨੂੰ ਉਹ ਹਰਟ ਕਰ ਸਕ ਰਹੀ ਹੈ, ਬਿਕੋਜ਼ ਬੜੇ ਬੰਦੇ ਅਸੀਂ ਸਾਰੇ, ਜਿਵੇਂ ਜਸਪ੍ਰੀਤ ਵੀ, ਇੱਕ ਥੋਟ ਤਾਂ ਪਹਿਲੇ ਆਏਗੀ ਕਿ ਹਾਂਜੀ ਉਹਦਾ ਵੀ ਮਾੜਾ ਹੋਏ, ਬਟ ਦੈਨ ਉਸ ਤੋਂ ਅੱਗੇ ਮੋਸਟ ਆਫ ਦਾ ਪੀਪਲ ਉਸ ਤੋਂ ਅੱਗੇ ਨਹੀਂ ਜਾ ਸਕਦੇ। ਇੱਕ ਈਮੇਲ ਲਿਖਣਾ ਚਾਹੁੰਗੇ ਕਿ ਹਾਂ ਉਹਨੂੰ ਆਫਿਸ 'ਚੋਂ ਕੱਢ ਦੇਣੀ, ਇੱਕ ਈਮੇਲ ਵੀ ਨਹੀਂ ਲਿਖ ਸਕਣਗੇ, ਪਰ ਇਹ ਜਾ ਕੇ ਮਿਲੀ, ਕਢਵਾਇਆ ਆਫਿਸ 'ਚੋਂ, ਪਤਾ ਸੀ ਜੋ ਵੀ ਲੂਪ ਹੋਲ ਸੀਗੇ, ਯੂ ਨੋ, ਕੁੜੀ ਨਾਲ ਵੀ ਉਹ ਕਰਾਇਆ, ਸੋ ਸ਼ੀ ਗੋਜ਼ ਟੂ ਅਨਦਰ ਸਟੈਪ, ਸ਼ੀ ਟੇਕਸ ਐਕਸ਼ਨ। ਉਹਦੇ ਵਿੱਚ ਇਹ ਜਿਹੜਾ, ਯੂ ਨੋ, ਪੀਰੀਅਡ ਹੈਗਾ 3 ਸਾਲ ਦਾ, ਕਾਫੀ ਲੰਬਾ ਹੋ ਗਿਆ, ਸੋ ਸਾਰੇ ਜ਼ਰੂਰ ਦੱਸੋ ਕਿ ਇਹਨਾਂ ਨੂੰ ਕੀ ਕਰਨਾ ਚਾਹੀਦਾ ਐਜ਼ ਅ ਪੇਰੈਂਟ, ਐਜ਼ ਅ ਸਿਸਟਰ, ਦੇ ਆਰ ਰੀਅਲੀ ਕੰਸਰਨਡ ਕਿ ਇੰਨੀ ਪਿਆਰੀ ਸਾਡੀ ਬੱਚੀ, ਇੰਨੀ ਸਿਆਣੀ ਸਾਡੀ ਬੱਚੀ, ਇੱਕ ਜ਼ਿੰਦਗੀ ਰੁਕ ਕੇ ਰਹਿ ਗਈ ਹੈ, ਜਾ ਰਹੀ ਹੈ ਕੰਮ 'ਤੇ, ਖਾ ਰਹੀ ਹੈ, ਪੀ ਰਹੀ ਹੈ, ਪਰ ਮੇਨ ਮਕਸਦ ਜਿਹੜਾ ਕਿ ਇਟਸ ਅ ਸੈਡ ਥਿੰਗ ਕਿ ਮੇਨ ਮਕਸਦ ਉਹਦਾ ਉਹ ਬਦਲਾ ਲੈਣਾ ਹੋ ਗਿਆ, ਜਿਹੜਾ ਨਹੀਂ ਹੋਣਾ ਚਾਹੀਦਾ। ਆਈ ਅੰਡਰਸਟੈਂਡ ਅੱਜ ਦੇ ਯੁੱਗ ਦੇ ਵਿੱਚ, ਯੂ ਨੋ, ਹੇਟਰਡ ਕਿਸੇ ਵੀ ਫੋਰਮ 'ਚ ਹੋਏ, ਜਿੰਨਾ ਮਰਜ਼ੀ ਤੁਹਾਡੇ ਨਾਲ ਦੋ ਰੱਖਿਆ ਹੋਏ, ਸਕੇਰੀ ਜਿਹਾ, ਯੂ ਨੋ, ਇਮੋਸ਼ਨ ਹੈ, ਸੋ ਡੈਫੀਨੇਟਲੀ ਸ਼ੀ ਨੀਡਸ ਹੈਲਪ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਰਵਿੰਦਰ ਜੀ। ਹਾਂਜੀ ਹਾਂਜੀ, ਜਸੀਬ ਜੀ ਕੀ ਕਹਿੰਦੇ ਹੋ? ਮੈਂ ਇਹ ਸੋਚਦੀ ਹਾਂ ਵੀ ਕੁੜੀ ਨਾ ਮੁੰਡੇ ਨੂੰ ਡਾਕਟਰ ਤੇ ਜਾਣਾ ਚਾਹੀਦਾ ਜਿਹਨੇ ਮੁੰਡੇ ਨੇ 3 ਵਾਰਾਂ ਧੋਖਾ ਕੀਤਾ। ਉਹ ਤੇ ਸਾਡੇ ਕੋਲ ਨਹੀਂ ਹੈ ਨਾ ਨਸੀਬ ਜੀ, ਉਹ ਸਾਡਾ ਨਾ ਗੱਲ ਸੁਣ ਰਿਹਾ, ਸਾਨੂੰ ਪਤਾ ਨਹੀਂ ਉਹਦੀ ਕੀ ਕਹਾਣੀ ਹੈ, ਕਿੱਥੇ ਗਿਆ ਉਹ, ਵੀ ਡੋਨਟ ਨੋ। ਪਹਿਲਾਂ ਤਾਂ ਸੁਣਿਆ, ਮੈਨੂੰ ਲੱਗਾ ਵੀ ਪਹਿਲਾਂ ਤਾਂ ਕੁੜੀ ਨੂੰ ਪਹਿਲਾਂ ਪਿਆਰ ਇਸੇ ਨੂੰ ਕਰਦਾ ਸੀ ਨਾ। ਹਾਂਜੀ। ਫਿਰ ਇੰਡੀਆ ਵਿਆਹ ਕਰਾ ਕੇ ਉਹਨੂੰ ਧੋਖਾ ਦਿੱਤਾ। ਰਾਈਟ। ਤੀਜੀ ਵਾਰ ਇਹਦੇ ਕੋਲ ਫੇਰ ਆ ਗਿਆ ਦੂਜੀ ਵਾਰ। ਹਾਂਜੀ ਹਾਂਜੀ। ਇਹ ਕੁੜੀ ਤਾਂ ਵਿਚਾਰੀ ਤਾਂ ਫੇਰ ਭੁੱਲ ਹੋ ਗਈ ਵੀ ਮੈਂ ਇਹਨੂੰ ਖਰੀ ਮੈਨੂੰ ਪਿਆਰ ਕਰਦਾ ਕਰਕੇ ਉਹਨੂੰ ਛੱਡਿਆ। ਰਾਈਟ, ਬਿਲਕੁਲ। ਪਰ ਉਹ ਇੰਜ ਲੱਗਦਾ ਕਿ ਉਹ ਕਿਸੇ ਤੇ ਇੱਕ ਨਾਲ ਟਿੱਕ ਹੀ ਨਹੀਂ ਸਕਦਾ ਉਂਝਦਾ। ਬਿਲਕੁਲ। ਤੇ ਕੁੜੀ ਹੁਣ ਹਜੇ ਵੀ ਕੁੜੀ ਉਹਦਾ ਨਾਂ ਪਿੱਛਾ ਕਰੇ,
ਨਾ ਉਹਦਾ ਨਾਂ ਲਵੇ, ਉਹਨੂੰ ਕਾਗਜ਼ਾਂ ਚੋਂ ਵੀ ਕੱਢ ਦੇਵੇ, ਦਿਲ ਚੋਂ ਵੀ ਕੱਢ ਦੇਵੇ। ਕੱਢ ਕੇ ਦਿਲ ਚੋਂ ਭੁਲਾ ਕੇ ਪਹਿਲਾਂ ਮਾਂ ਪਿਓ ਦਾ ਪਿਆਰ ਕਰੇ, ਭੈਣਾਂ ਦਾ ਕਰੇ, ਆਪਦੇ ਆਪ ਦੇ ਕਰੇ, ਆਪਦੇ ਆਪ ਤੇ ਪਿਆਰ ਕਰੇ। ਜ਼ਿੰਦਗੀ ਨਾ ਇਹ ਹੈਪਨ ਹੋ ਜਾਂਦੇ ਕਈਆਂ ਨਾਲ, ਕਿਹੜਾ ਇੱਕ ਨਾ ਹੋਇਆ, ਜਿਹੜੇ ਇਕੱਲੀ ਨਾ ਵੀ ਬਹੁਤ ਦੁਨੀਆਂ ਨਾਲ ਹੋਇਆ, ਤਿੰਨ ਵਿਆਹ ਵੀ ਹੋਏ, ਦੋ ਦੋ ਵਿਆਹ ਵੀ ਹੋਏ, ਇੰਦਗਾ ਤਾਂ ਮਾਰ ਹੀ ਦਿੰਦੇ ਕੁੜੀਆਂ ਨੂੰ ਫਲਾਣਾ ਟਕੀਨਾ। ਇੱਥੇ ਬਹੁਤ ਸਾਧਨ ਆ, ਇਹ ਕੁੜੀ ਆਪਦਾ ਮਨ ਮੋੜ ਕੇ ਥੋੜੀ ਬਹੁਤ ਮੈਡੀਸਨ, ਡਿਪਰੈਸ਼ਰ ਜ਼ਰੂਰ ਹੋਇਆ ਕੁੜੀ ਨੂੰ, ਡਿਪਰੈਸ਼ਰ ਦਾ ਕਰੇ ਕੰਟਰੋਲ, ਤੇ ਮਾਂ ਬਾਪ ਦੇ ਨਾਲ ਸਹਿਮਤ ਹੋ ਕੇ ਪਿਆਰ ਕਰਕੇ, ਤੇ ਹੁਣ ਮਾਂ ਪਿਓ ਨੂੰ ਕਵੇ ਵੀ ਤੁਸੀਂ ਕੋਈ ਰਿਸ਼ਤੇਦਾਰੀ ਚੋਂ ਮੁੰਡਾ ਪਾਲੋ, ਜੀ 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 ਬਿਲਕੁਲ ਨਾ ਪਾਲੋ, ਜਿਹਨੂੰ ਜਾਣਦੇ ਨੇ ਉਹਦੇ ਉਹਦੇ ਕੋਲੇ ਵਾਸਤਾ ਨਾ ਕਰਿਓ। ਜਿਹੜਾ ਮੁੰਡਾ ਕੋਈ ਰਿਸ਼ਤੇਦਾਰ ਆ ਨਾ ਕੋਈ, ਭਾਵੇਂ ਦੂਰ ਦਾ ਨੇੜੇ ਦਾ, ਨਹੀਂ ਸੋਹਣਾ ਬਾਲਾ ਜੋ ਕੰਮ ਕਰਦਾ ਚੰਗਾ, ਨਸ਼ਾ ਨੀ ਕਰਦਾ ਕੋਈ, ਇਹੋ ਜਿਹਾ ਉਹਨੇ ਇਹਦੇ ਵਾਸਤੇ ਪਾਲਿਆ ਜਾਵੇ ਕਿ ਇਹਦੀ ਜ਼ਿੰਦਗੀ ਦੁਬਾਰਾ ਖਰਾਬ ਨਾ ਹੋਵੇ। ਚਲੋ ਠੀਕ ਹੈ ਨਸੀਬ ਜੀ, ਹਾਂ ਇਹ ਗੱਲ ਕਰੇ ਤੇ ਮਾਂ ਪਿਓ ਦੇ ਨਾਲ ਸਹਿਮਤ ਹੋ ਜਾਵੇ ਵੀ ਜੋ ਮੈਥੋਂ ਗਲਤੀ ਪਹਿਲਾਂ ਵੀ ਹੋਈ, ਦੂਜੀ ਵਾਰ ਵੀ ਹੋਈ, ਹੁਣ ਮੇਰੀ ਬਸ ਹੋ ਗਈ, ਮੈਥੋਂ ਮੈਨੂੰ ਮਾਫ਼ ਕਰ ਦਿਓ, ਹੁਣ ਤੁਸੀਂ ਕੋਈ ਮੁੰਡਾ ਭਾਲੋ, ਤੇ ਵੀ ਮੈਂ ਹੁਣ ਤੁਹਾਡੇ ਨਾਲ ਸਹਿਮਤ ਆ, ਤੇ ਵੀ ਆਪਦਾ ਮਤਲਬ ਡਾਕਟਰੀ ਦਵਾਈ ਵੀ ਲਵੇ ਥੋੜਾ ਜਿਹਾ ਡਿਪਰੈਸ਼ਰ 'ਚ। ਠੀਕ ਹੈ ਨਸੀਬ ਜੀ, ਬਹੁਤ ਵਧੀਆ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਆ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਿੰਦਰ ਜੀ, ਦੱਸੋ। ਮੈਂ ਕਹਿ ਰਹੀ ਆ ਕਿ ਸਾਡੇ ਫਰੈਂਡ ਸਰਕਲ ਵਿੱਚ ਵੀ ਇੱਕ ਕੇਸ ਇੰਜ ਦਾ ਹੈਗਾ। ਅੱਛਾ, ਐਕਚੁਅਲੀ ਹੁੰਦਾ ਪਤਾ ਕੀ ਹੈ, ਰਾਈਟ ਨਾਓ ਉਹਦੇ ਮਨ ਵਿੱਚ ਕੰਪਲੈਕਸ ਬਣਿਆ ਹੋਇਆ ਹੈ, ਡਿਨਾਇਲ ਮੋਡ ਤੇ ਹੈ, ਅਸੀਂ ਉਹਨੂੰ ਡਿਨਾਇਲ ਮੋਡ ਤੋਂ ਕੱਢਣਾ ਬਾਹਰ। ਤੇ ਡਿਨਾਇਲ ਮੋਡ ਤੋਂ ਤਾਂ ਕੱਢ ਸਕਦੇ ਹਾਂ ਜੇ ਅਸੀਂ ਉਹਦਾ ਇਨਵਾਇਰਮੈਂਟ ਚੇਂਜ ਕਰੀਏ। ਇਨਵਾਇਰਮੈਂਟ ਚੇਂਜ ਕਰਨਾ ਫਰਕ ਪਏਗਾ, ਉਹਨੂੰ ਅਸੀਂ ਮੈਡੀਟੇਸ਼ਨ ਤੇ ਲਿਆਈਏ, ਉਹਨੂੰ ਅਸੀਂ ਸੇਵਾ ਵਿੱਚ ਲਿਆਈਏ। ਤੇ ਸਾਡੇ ਨਾਲ ਉਹ ਜਿਹੜੀ ਕੁੜੀ ਨਾਲ ਇੰਜ ਹੋਇਆ, ਸ਼ੀ ਇਜ਼ ਡੂਇੰਗ ਸੇਵਾ ਐਂਡ ਸ਼ੀ ਇਜ਼ ਡੂਇੰਗ ਸੋ ਗੁੱਡ, ਆਈ ਮੀਨ ਸ਼ੀ ਇਜ਼ ਅ ਕੁਆਲੀਫਾਈਡ, ਤੇ ਸੰਗਤ ਵਿੱਚ ਆ ਕੇ ਹੈਲਪ ਕਰਦੀ ਹੈ, ਕਿਸੇ ਦਾ ਰਿਜ਼ਿਊਮੇ ਬਣਾਉਣਾ ਹੈ, ਕਿਸੇ ਦਾ ਉਹ ਕਰਨਾ ਹੈ, ਤੇ ਉਹ ਫਿਰ ਕੰਪਲੈਕਸ ਨਿਕਲ ਜਾਂਦਾ ਹੈ ਮਨ ਵਿੱਚੋਂ। ਥੋੜ੍ਹਾ ਜਿਹਾ ਉਹਦਾ ਇਨਵਾਇਰਮੈਂਟ ਚੇਂਜ ਕਰੀਏ, ਕਿਉਂਕਿ ਉਹ ਸੋਚਦੀ ਹੈ ਮੈਂ ਜੋ ਕਰ ਰਹੀ ਹਾਂ ਮੈਂ ਠੀਕ ਕਰ ਰਹੀ ਹਾਂ, ਪਰ ਡਿਨਾਇਲ ਮੋਡ ਅਸੀਂ ਉਹਨੂੰ ਪਿਆਰ ਨਾਲ ਅਸੀਂ ਉਹ ਇਸ ਮੋਡ ਚੋਂ ਐਸੇ ਕੰਪਲੈਕਸ ਚੋਂ ਕੱਢ ਸਕਦੇ ਹਾਂ, ਔਰ ਉਹ ਪਾ ਕੇ ਨਹੀਂ ਵੀ ਤੁਹਾਨੂੰ ਐ ਨਹੀਂ ਕਰਨਾ ਐ ਨਹੀਂ, ਸੋ ਥੋੜਾ ਜਿਹਾ ਇਨਵਾਇਰਮੈਂਟ ਚੇਂਜ ਕਰਕੇ ਇਸ ਨੂੰ ਲਿਆ ਕੇ ਦੇਖੀਏ, ਫਰਕ ਪਏਗਾ ਉਹਦੇ ਨਾਲ। ਬਹੁਤ ਵਧੀਆ, ਥੈਂਕ ਯੂ ਸੋ ਮਚ, ਦੈਟਸ ਅ ਗ੍ਰੇਟ ਟਿਪ ਐਕਚੁਅਲੀ, ਕਿ ਇੱਕ ਤਾਂ ਥੋੜਾ ਜਿਹਾ ਮਾਹੌਲ ਬਦਲੇ, ਉਹਦੀ ਸਰਾਊਂਡਿੰਗਸ ਬਦਲਣ, ਕਿ ਸਰਾਊਂਡਿੰਗਸ ਦਾ ਮਤਲਬ ਨਹੀਂ ਕਿ ਤੁਸੀਂ ਘਰ ਸ਼ਿਫਟ ਕਰਨਾ ਪਏਗਾ ਜਾਂ ਕੰਮ ਸ਼ਿਫਟ ਕਰਨਾ ਪਏਗਾ, ਉਹਦਾ ਰੋਜ਼ ਜਿਹੜਾ ਜਿੱਥੇ ਉਹ ਦਿਨ ਬਿਤਾਉਂਦੀ ਹੈ, ਜਿੱਥੇ ਟਾਈਮ ਬਿਤਾਉਂਦੀ ਹੈ, ਉਹਦੇ 'ਚ ਕੁਛ ਚੰਗਾ ਐਡ ਕਰ ਦਿਉ। ਜਿਸ ਤਰ੍ਹਾਂ ਇਹ ਕਹਿ ਰਹੇ ਹਾਂ ਸੇਵਾ, ਸੇਵਾ ਡੈਫੀਨੇਟਲੀ, ਸੇਵਾ ਅਤੇ ਗ੍ਰੈਟੀਟਿਊਡ ਦੋਨੋਂ, ਮਤਲਬ ਕਹਿੰਦੇ ਨਾ ਕਿ ਉਹ ਵਾਲੀ ਬੂਟੀ ਹੈ ਜਿਹੜਾ ਹਰ ਗਮ ਦਾ, ਹਰ ਸਫਰਿੰਗ ਦਾ ਇਲਾਜ ਹੈ ਉਹਦੇ 'ਚ। ਸੋ ਅਗਰ ਦੂਸਰੇ ਦਾ ਕਿਸੇ ਦਾ ਕਰਨ ਲੱਗ ਜਾਏਗੀ ਨਾ, ਡੈਫੀਨੇਟਲੀ ਆਪਣੇ ਤੋਂ ਮਨ ਹਟੇਗਾ, ਬਿਕੋਜ਼ ਆਲ ਦੀਜ਼ ਅਬਸੈਸਿਵ ਥੋਟਸ, ਜਿਹੜੀ ਇੱਕ ਅਬਲਸਿਵ ਥੋਟਸ ਹੈ, ਉਹ ਵਾਈ ਮੀ, ਜਾਂ ਮੇਰੇ ਨਾਲ ਇੰਝ ਕਿਉਂ ਹੋਇਆ, ਜਾਂ ਉਹਨੇ ਮੇਰੇ ਨਾਲ ਇੰਝ ਕਿਉਂ ਕੀਤਾ, ਉਹ ਮੇਰੇ 'ਤੇ ਕੇਂਦਰਿਤ ਹੁੰਦਾ। ਇਟਸ ਫੋਕਸਡ ਔਨ ਯੋਰ ਸੈਲਫ। ਜਦੋਂ ਅਸੀਂ ਆਪਣਾ ਫੋਕਸ ਥੋੜ੍ਹਾ ਆਪਣੇ ਤੋਂ ਹਟਾ ਕੇ ਦੂਜਿਆਂ 'ਤੇ, ਦੂਜਿਆਂ ਦੇ ਭਲੇ 'ਤੇ, ਦੋਨਾਂ ਦੀ ਸੇਵਾ 'ਤੇ, ਜਾਂ ਕੋਈ ਵੀ ਕੰਮ ਜਿਹੜਾ ਸਾਨੂੰ ਆਉਂਦਾ ਉਹ ਕਿਸੇ ਨੂੰ ਲੋੜ ਹੈ ਉਹ ਕਰਕੇ, ਅਗਰ ਅਸੀਂ ਅਗਰ ਫੋਕਸ ਹਟਾਉਂਦੇ ਹਾਂ ਨਾ, ਤਾਂ ਡੈਫੀਨੇਟਲੀ ਇਟਸ ਹੈਲਪਫੁਲ। ਸੋ ਇਟਸ ਅ ਗ੍ਰੇਟ ਟਿਪ, ਲੈਟਸ ਸੀ। ਥੈਂਕ ਯੂ ਸੋ ਮਚ ਹਰਿੰਦਰ ਜੀ, ਇਹ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਮੈਂ ਪਵਨ ਬੋਲ ਰਹੀ ਹਾਂ ਜੀ। ਪਵਨ ਜੀ, ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ ਅੱਜ? ਮੈਂ ਜੀ ਸੇਮ ਸਿਚੁਏਸ਼ਨ ਤੇ ਆਂ ਦੀਦੀ, ਜਿਹੜੀ ਅੱਛਾ ਇਹਨਾਂ ਦੀ ਗੱਲ ਹੋ ਰਹੀ ਹੈ ਜੀ, ਮੈਂ ਸੇਮ ਸਿਚੁਏਸ਼ਨ ਚੋਂ ਦੀਦੀ ਦੀ ਹੈ। ਅੱਛਾ, ਕਿਸ ਤਰ੍ਹਾਂ, ਟੈਲ, ਦੱਸੋ ਕੁਝ ਆਪਣੇ ਬਾਰੇ, ਦੱਸੋ ਕੀ ਹੋਇਆ। ਹਾਂਜੀ, ਮੈਂ ਇੰਡੀਆ ਤੋਂ ਜਦੋਂ ਮੈਰਿਜ ਕਰਵਾ ਕੇ ਆਈ ਹਾਂ, ਤਾਂ ਉਸ ਤੋਂ ਬਾਅਦ 1 ਸਾਲ ਬਾਅਦ ਆ ਕੇ ਮੈਨੂੰ ਇੱਥੇ ਪਤਾ ਲੱਗਿਆ ਕਿ ਮੇਰੇ ਹਸਬੈਂਡ ਦਾ ਇੱਕ ਗੋਰੀ ਨਾਲ ਬੱਚਾ ਹੈ। ਅੱਛਾ, ਮੈਰਿਜ ਕਰਵਾਉਣ ਤੋਂ ਬਿਨਾਂ ਹੀ ਉਹਦਾ ਬੱਚਾ ਸੀ ਇੱਥੇ, ਮੈਨੂੰ ਮੈਰਿਜ ਟਾਈਮ ਦੱਸਿਆ ਨਹੀਂ ਗਿਆ ਸੀ, ਨਾ ਉਹਦੇ ਪੇਰੈਂਟਸ ਨੇ ਦੱਸਿਆ ਸੀ। ਠੀਕ ਹੈ। ਤੇ ਨਾ ਮੇਰੇ ਹਸਬੈਂਡ ਨੇ ਮੈਨੂੰ ਦੱਸਿਆ ਸੀ, ਮੈਨੂੰ ਇੱਥੇ ਆ ਕੇ ਪਤਾ ਲੱਗਿਆ। ਸੋ ਯੂ ਸਟਿਲ ਆਰ ਇਨ ਦੈਟ ਮੈਰਿਜ? ਯਾ, ਮੈਂ ਇਸ ਮੈਰਿਜ ਸੀ, ਲਾਈਕ ਮੇਰੇ ਹਸਬੈਂਡ ਕਹਿੰਦੇ ਸੀ ਓਕੇ ਕਿ ਮੈਂ ਤੇਰੇ ਨਾਲ ਰਹਿਣਾ ਚਾਹੁੰਦਾ, ਫਿਰ ਜਦੋਂ ਗੋਰੀ। ਨਹੀਂ, ਉਹ ਤਾਂ ਠੀਕ ਹੈ, ਪਰ ਅਸੀਂ ਅੱਜ ਖਾਸ ਤੌਰ ਤੇ, ਮੈਂ ਤੁਹਾਡਾ ਨੰਬਰ ਲੈ ਲੈਣੀ ਆ, ਰਿਵੈਂਜ ਦੀ ਗੱਲ ਕਰ ਰਹੇ ਹਾਂ ਅਸੀਂ, ਤੋਂ ਕੀ ਕਿਸ ਤਰ੍ਹਾਂ ਤੁਸੀਂ ਰਿਲੇਟ ਕਰ ਰਹੇ ਹੋ ਇਹਦੇ ਨਾਲ?
मैम मैं फिर क्विट किया, मेरा हस्बैंड लाइक कि फिर मतलब लाइक इस काइंड ऑफ अब्यूसिव मैरिज हो गई थी। ओके ओके ठीक है। लाइक मे बी शायद वो मेरे नाल सोसाइटी दे प्रेशर करके रह रहे सी। सो हुन तुसी डिवोर्स कर चुके हो? हां जी मैं आई एम इन द प्रोसेस ऑफ डिवोर्स। ओके ओके चलो दैट्स गुड बिकॉज जबरदस्ती किसी नाल रह नहीं सकते असी, जबरदस्ती किसी नु प्यार नहीं करा सकते। हाँ जी, हाँ जी, बिल्कुल बिल्कुल, बिल्कुल। और जिंदगी बहुत बहुत पवन जी मतलब इट्स सच अ ब्यूटीफुल लाइफ, सब नु ये बड़ी औखी मिली है, सो ओनु जीना ना सारा दा हक है। सो जेड़ा है ना कि ओदे च ही रह के मन जाएगा, कदी हो जाएगा, ठीक हो जाएगा, जदों दिखदा पिया कि नहीं कुछ होना, इट्स बेटर टू बी सेपरेटेड। सो यू डूइंग अ गुड थिंग, पर ओही जिवें असी कह रहे हैं मन तो बहुत हर्ट होंदा होना, तो मन च विचार तो जरूर आंदे होने कि मैं ओदा नुकसान करा। हाँ जी पहला ये थॉट आंदे सी जी, पर मैं ओ दीदी नु मैं अपनी लाइफ दा अपना एग्जांपल देना चाहूंगी जी, कि मैं की करदी रही हां। ठीक है। मैं रोज अपने आप नु लेटर लिखदी रही हां, जो जो मेरे मन च ख्याल आंदे सी मैं ओ लिखदी सी, शाम नु ए मैं लेटर फाड़ के ते मैं डस्टबिन सुट दिंदी सी। फिर मैं गुरुद्वारा साहिब मेरे तो अद्धा पौना घंटा दूर आ, मैं बिल्कुल फैमिली मेरी इंडिया वा, मैं कल्ली रहंदी सी। जदों मैं ज्यादा उदास हुंदी सी तां मैं गुरुद्वारा साहिब जांदी सी, उत्थे सेवा करदी सी। फिर देखो मैम ह्यूमन नेचर ऐदां दी आ, सानू लगदा असीं ही दुखी आ इस दुनिया च, पर जदों असीं बाहर निकलदे आ दुनिया वल देखदे आ, हॉस्पिटल च जाके देखदे छोटे छोटे बच्चे आ जेड़े जिन्हां दा कोई कसूर नहीं, ਉਹ ਹਸਪੀਟਲ ਚ ਪਏ ਹੋਏ ਆ, ਬਜ਼ੁਰਗ ਆ ਜਾਂ ਜੋ ਵੀ ਆ ਬਿਮਾਰ ਆ, ਅਸੀਂ ਦੂਜਿਆਂ ਨੂੰ ਦੇਖਦੇ ਆ, ਆਪਣੇ ਤੋਂ ਨੀਵੇਂ ਵੱਲ ਵੇਖਦੇ ਆ, ਸਾਨੂੰ ਫਿਰ ਪਤਾ ਲੱਗਦਾ ਸਾਰੀ ਦੁਨੀਆਂ ਹੀ ਦੁਖੀ ਆ। ਸਾਨੂੰ ਜਿਹੜਾ ਇਹ ਮਨੁੱਖਾ ਜਨਮ ਮਿਲਿਆ ਇਹ ਬੜਾ ਕੀਮਤੀ ਆ, ਸਾਡੀ ਗੁਰਬਾਣੀ ਕਹਿੰਦੀ 84 ਲੱਖ ਜੂਨਾਂ ਤੋਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਮਿਲਦਾ, ਇਹਨੂੰ ਏਦਾਂ ਨੀ ਗਵਾਉਣਾ ਚਾਹੀਦਾ। ਸਾਨੂੰ ਜੇ ਮਿਲਿਆ ਇਹ ਜਨਮ ਸਾਨੂੰ ਕੁਛ ਚੰਗਾ ਦੁਨੀਆਂ ਦੇ ਲਈ ਕਰਕੇ ਜਾਣਾ ਚਾਹੀਦਾ, ਆਪਣੇ ਮਾਂ ਪਿਓ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਅੱਗੇ ਵੱਲ ਵਧਣਾ ਚਾਹੀਦਾ, ਪਿੱਛੇ ਕੁਛ ਨਹੀਂ ਪਿਆ ਚਾਹੀਦਾ। ਬਹੁਤ ਵਧੀਆ। ਮੇਰਾ ਇੱਕ ਬ੍ਰਦਰ ਸੀ ਜੀ, ਤੇ ਉਹਨਾਂ ਦਾ ਰੋਡ ਐਕਸੀਡੈਂਟ 'ਚ ਉਹਨਾਂ ਦੀ ਡੈਥ ਹੋ ਗਈ ਸੀ, ਅਸੀਂ 3 ਭੈਣਾਂ ਵਾਂ। ਸੋ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦੀ ਹਾਂ ਮੈਂ ਆਪਣੇ ਮਾਂ ਪਿਓ ਨੂੰ ਹਮੇਸ਼ਾ ਸੁੱਖ ਹੀ ਦੇਵਾਂ, ਮੇਰੇ ਕਰਕੇ ਮੇਰੇ ਪੇਰੈਂਟਸ ਮੇਰੇ ਭੈਣ ਭਰਾ ਕੋਈ ਦੁਖੀ ਨਾ ਹੋਵੇ। ਸੋ ਮੈਂ ਉਹ ਦੀਦੀ ਨੂੰ ਇਹ ਕਹਿਣਾ ਚਾਹੂੰਗੀ, ਦੀਦੀ ਅੱਗੇ ਵੱਲ ਦੇਖੋ, ਪਿੱਛੇ ਕੁਛ ਨਹੀਂ ਪਿਆ, ਆਉਣ ਵਾਲਾ ਟਾਈਮ ਜਿਹੜਾ ਉਹ ਵਧੀਆ ਹੋਣਾ ਚਾਹੀਦਾ, ਜੋ ਪਾਸ ਸੀ ਉਹ ਪਾਸ ਹੀ ਰਹਿਣਾ ਚਾਹੀਦਾ। ਬਹੁਤ ਵਧੀਆ, ਥੈਂਕ ਯੂ ਸੋ ਮਚ ਪਵਨ, ਵੀ ਵਿਸ਼ ਯੂ ਵੈਰੀ ਬੈਸਟ। ਸਾਡੀਆਂ ਸਾਰੇ ਪਰਿਵਾਰ ਦੀਆਂ ਯੂ ਨੋ ਦੁਆਵਾਂ ਨੇ ਕਿ ਤੁਹਾਨੂੰ ਬਹੁਤ ਅੱਛੀ ਅੱਗੋਂ ਜ਼ਿੰਦਗੀ ਮਿਲੇ, ਕਿ ਯੂ ਔਨ ਦਾ ਰਾਈਟ ਟਰੈਕ, ਤੁਹਾਡੇ ਵਿਚਾਰ ਬਹੁਤ ਅੱਛੇ ਨੇ, ਔਰ ਤੁਸੀਂ ਜਿਸ ਤਰ੍ਹਾਂ ਵੀ ਆਪਣੀ ਡੀਲ ਕਰ ਰਹੇ ਹੋ, ਕੋਈ ਵੀ ਹਾਰਡਸ਼ਿਪ ਆਉਂਦੀ ਹੈ, ਅਸੀਂ ਇਸ ਪ੍ਰੋਗਰਾਮ 'ਤੇ ਘੜੀ ਘੜੀ ਇਹੀ ਗੱਲ ਕਰਦੇ ਹਾਂ ਵੀ ਇਹ ਨਹੀਂ ਅਸੀਂ ਰੋਕ ਸਕਦੇ ਕਿ ਹਾਰਡਸ਼ਿਪ ਨਹੀਂ ਆਏਗੀ, ਪਰ ਉਹਦੇ ਨਾਲ ਡੀਲ ਕਿਵੇਂ ਕਰਨਾ ਹੈ, ਉਹਦੇ 'ਚੋਂ ਨਿਕਲ ਕੇ ਅਤੇ ਫਿਰ ਦੁਬਾਰਾ ਸੋਹਣੀ ਤਰ੍ਹਾਂ ਜੀਣਾ ਕਿਵੇਂ ਹੈ। ਸੋ ਥੈਂਕ ਯੂ ਸੋ ਮੱਚ, ਵੈਰੀ ਗੁੱਡ, ਤੁਸੀਂ ਸਾਨੂੰ ਕਾਲ ਕੀਤਾ। ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ, ਪਲੀਜ਼ ਡੂ ਨਾਟ ਗੋ ਐਨੀਵੇਅਰ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਸਤਿ ਸ੍ਰੀ ਅਕਾਲ ਜੀ, ਮੈਂ ਗੁਰਦੀਪ ਸਿੰਘ ਸੁੰਦਰ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ। ਇਹ ਮੇਰੇ ਨਾਲ ਵੀ ਏਦਾਂ ਹੋਇਆ ਸੀ ਇੱਕ ਵਾਰੀ, ਇਹਦੇ ਦੋ ਪੱਖ ਆ, ਮੈਂ ਦੋਨੋਂ ਪੱਖ ਥੋੜੇ ਜਿਹੇ ਦੱਸਣਾ ਚਾਹਾਂਗਾ, ਫੋਨ ਨਾ ਕੱਟਿਓ। ਕਿਉਂਕਿ ਜਦੋਂ ਮੈਂ 16 ਸਾਲ ਦਾ ਸੀ, ਮੈਨੂੰ ਮੇਰੀ ਗਰਲ ਫਰੈਂਡ ਨੇ ਧੋਖਾ ਦਿੱਤਾ, ਤੇ ਮੇਰੇ ਦਿਮਾਗ ਦੇ ਵਿੱਚ ਉਹਦੇ ਨਾਲ ਬਦਲਾ ਲੈਣ ਲਈ ਤਾਂ ਕਦੀ ਨਹੀਂ ਆਈ, ਕਿਉਂਕਿ ਦੈਟ ਵਾਜ ਮਾਈ ਫਸਟ ਲਵ ਐਂਡ ਟਰੂ ਲਵ। Okay. ਪਰ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਇਹ ਆ ਗਿਆ ਕਿ ਮੈਂ ਸਾਰੀਆਂ ਜਿੰਨੀਆਂ ਵੀ ਲੇਡੀਜ਼ ਆ ਉਹ ਧੋਖੇਬਾਜ਼ ਆ। ਉਦੋਂ ਮੈਂ 16 ਸਾਲ ਦਾ ਸੀ ਜਦੋਂ ਮੇਰੇ ਦਿਲ ਵਿੱਚ ਇਹ ਭਾਵਨਾ ਆ ਗਈ ਕਿ ਅੱਜ ਤੋਂ ਬਾਅਦ ਜੋ ਵੀ ਲੇਡੀ ਮੇਰੀ ਜ਼ਿੰਦਗੀ 'ਚ ਆਏਗੀ ਉਹਨੂੰ ਮੈਂ ਕਦੇ ਵੀ ਸੱਚਾ ਪਿਆਰ ਨਹੀਂ ਕਰਾਂਗਾ, ਜੇ ਕਰੂੰਗਾ ਤਾਂ ਇਹਦੇ ਨਾਲ ਹੀ ਕਰਾਂਗਾ। ਔਰ ਉਹਨੂੰ ਚੜਾਉਣ ਦੇ ਲਈ, ਉਹਦੇ ਨਾਲ ਬਦਲਾ ਲੈਣ ਦੇ ਲਈ ਮੈਂ ਬਹੁਤ ਗਰਲ ਫਰੈਂਡ ਮੇਰੀਆਂ ਬਣਾਈਆਂ, ਤੇ ਮੈਂ ਉਹਦੇ ਸਾਹਮਣੇ ਉਹਦੀ ਲੈ ਕੇ ਨਿਕਲਣਾ ਗੁਜ਼ਰਨਾ ਤਾਂ ਕਿ ਇਹ ਜਲੇ। ਪਰ ਬਸ ਇਹੋ ਹੀ ਇੱਕ ਉਹ, ਪਰ ਮੈਂ ਅੱਜ ਤੱਕ ਕਿਸੇ ਨੂੰ ਉਸ ਤੋਂ ਇਲਾਵਾ ਸੱਚਾ ਪਿਆਰ ਨਹੀਂ ਦੇ ਸਕਿਆ। ਬੜੀ ਦੁਖਦਾਇਕ ਗੱਲ ਹੈ, ਔਰ ਮੈਂ ਸੱਚ ਕਹਿ ਰਿਹਾ, ਕੋਈ ਸੌਖਾ ਨਹੀਂ ਹੈ। ਤੇ ਇਹਨਾਂ ਫਿਰ ਮੈਂ ਇੱਕ ਦਿਨ, ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਤੂੰ ਜਸਵੰਤ ਸਿੰਘ ਕਮਲ ਕੋਲ ਜਾ, ਢੁੱਡੀ ਕੇ। ਮੈਂ ਫਰੀਦਕੋਟ, ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ, ਮੈਂ ਜਸਵੰਤ ਸਿੰਘ ਕਮਲ ਢੁੱਡੀ ਕੇ ਫਰੀਦਕੋਟ 'ਚ ਆ, ਪਿੰਡ ਆ ਜਿੱਥੇ ਉਹ ਰਹਿੰਦੇ ਆ।
ਉਹਨਾਂ ਨੂੰ ਮਿਲਿਆ, ਮੈਂ ਕਿਹਾ ਵੀ ਮੇਰੇ ਉੱਤੇ ਨਾ ਇੱਕ ਕਹਾਣੀ ਲਿਖ ਦਿਓ ਜਾਂ ਨਾਵਲ ਲਿਖ ਦਿਓ, ਮੈਂ ਰਾਈਟਰ ਨਹੀਂ ਆ ਪਰ ਮੈਂ ਉਹਦਾ ਹੈਡਿੰਗ ਹੋਣਾ ਚਾਹੀਦਾ ਬਦਲਾ। ਮੈਂ ਫਿਰ ਉਹਨੂੰ 3 ਘੰਟੇ ਸਾਰੀ ਕਹਾਣੀ ਸੁਣਾਈ, ਪੜ੍ਹ ਕੇ ਉਹਨਾਂ ਨੇ ਮੇਰੀ ਬਿਲਕੁਲ ਗੱਲ ਸੁਣੀ, ਉਹ ਫਟਾਫਟ ਉਹ ਲਿਖਦੇ ਗਏ, ਉਹਨਾਂ ਦੀ ਰਾਈਟਿੰਗ ਬਹੁਤ ਤੇਜ਼ ਲਿਖਦੇ ਆ, ਤੇ ਇਧਰੋਂ ਬੋਲਣਾ ਤੇ ਉਧਰੋਂ ਲਿਖਣਾ। ਫਿਰ ਉਹਨਾਂ ਨੇ ਮੈਨੂੰ ਇੱਕ ਸੁਜੈਸ਼ਨ ਦਿੱਤਾ ਆਉਣ ਲੱਗੇ ਨੂੰ, ਕਹਿਣ ਲੱਗੇ ਤੂੰ ਕਾਕਾ ਏਦਾਂ ਕਰ ਬਈ ਇਹ ਤੇਰੇ ਦਿਮਾਗ ਚ ਸਾਰੀ ਉਮਰ ਬਹਿਣਾ ਵੀ ਸਾਰੀਆਂ ਲੇਡੀਜ਼ ਹੀ ਧੋਖੇਬਾਜ਼ ਹੁੰਦੀਆਂ। ਕਹਿੰਦਾ ਏਦਾਂ ਨੀ ਹੁੰਦੀਆਂ, ਤੂੰ ਨਾ ਆਪਣੀਆਂ ਭਾਵਨਾਵਾਂ ਨੂੰ ਆਪ ਲਿਖਣਾ ਸ਼ੁਰੂ ਕਰ, ਤੂੰ ਰਾਈਟਰ ਜਾਂ ਜਿੱਦਾਂ ਰਾਈਟਰ ਲਿਖਦੇ ਨਾ, ਤੂੰ ਵੀ ਰਾਈਟਰ ਦੇ ਵਾਂਗੂ ਆਪਣੀਆਂ ਭਾਵਨਾਵਾਂ ਆਪਣੇ ਵਿਚਾਰਾਂ ਨੂੰ ਕਾਗਜ਼ ਤੇ ਲਿਖਣਾ ਸ਼ੁਰੂ ਕਰ ਦੇ। ਫਿਰ ਮੈਂ ਏਦਾਂ ਹੀ ਕੀਤਾ, ਮੈਂ ਹੌਲੀ ਹੌਲੀ ਪਹਿਲਾਂ ਸੈਡ ਕਵਿਤਾਵਾਂ ਲਿਖਦਾ ਹੁੰਦਾ ਸੀ, ਸੈਡ ਕਹਾਣੀਆਂ ਲਿਖਦਾ ਹੁੰਦਾ ਸੀ। ਤੁਹਾਨੂੰ ਉਹਦੇ ਨਾਲ ਫਰਕ ਪਿਆ, ਉਹਦੇ ਨਾਲ ਹੈਲਪ ਮਿਲੀ? ਮੈਨੂੰ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ, ਪਰ ਅਜੇ ਵੀ ਮੈਂ ਕਿਸੇ ਲੇਡੀ ਨੂੰ ਸੱਚਾ ਪਿਆਰ ਨਹੀਂ ਕਰ ਸਕਿਆ। ਉਹ ਲੇਡੀ ਨੂੰ ਮੈਂ ਨਹੀਂ ਭੁੱਲ ਸਕਿਆ, ਅਜੇ ਵੀ ਮੈਂ ਸ਼ਰੇਆਮੇ ਟੀਵੀ ਤੇ ਕਹਿੰਦਾ ਇਹ ਕੋਈ ਸ਼ੌਕ ਦੀ ਚੀਜ਼ ਨਹੀਂ ਹੈ, ਪਰ ਮੁੰਡੇ ਨਾਲ ਵੀ ਏਦਾਂ ਹੋ ਸਕਦਾ, ਮੇਰੇ ਵਾਲੀ ਸਟੋਰੀ ਹੋ ਸਕਦਾ ਹੈ ਕਿ ਮੁੰਡੇ ਨੂੰ ਵੀ ਕਿਸੇ ਤੋਂ ਧੋਖਾ ਮਿਲਿਆ ਹੋਵੇ, ਜਿਸ ਤਰ੍ਹਾਂ ਮੇਰੀ ਸੋਚਣੀ ਅਜੇ ਵੀ ਹੈ ਕਿ ਲੇਡੀਜ਼ ਏਦਾਂ ਦੀਆਂ ਹੁੰਦੀਆਂ, ਧੋਖੇਬਾਜ਼ ਹੁੰਦੀਆਂ ਨਹੀਂ ਮੈਂ ਕਹਿੰਦਾ, ਪਰ ਦਿਮਾਗ ਚੋਂ ਨਿਕਲਦੀ ਹੋ ਸਕਦਾ ਮੁੰਡੇ ਨੂੰ ਵੀ ਐਕਸਪੀਰੀਅੰਸ ਮਿਲਿਆ ਹੋਵੇ, ਇਸ ਲਈ ਹਰੇਕ ਲੜਕੀ ਨੂੰ ਇੱਕ ਹੋਰ ਤਰੀਕੇ ਨਾਲ ਯੂਜ਼ ਕਰ ਰਿਹਾ। ਓਕੇ ਗੁਰਦੀਪ ਜੀ, ਬਹੁਤ ਵਧੀਆ ਸਪੋਰਟ ਮਿਲੀ ਲਿਖਣ ਨਾਲ। ਸਵੰਤ ਸਿੰਘ ਕੰਵਲ ਜੀ ਦਾ ਮੈਂ ਅੱਜ ਤੱਕ ਸ਼ੁਕਰੀਆ ਅਦਾ ਕਰਦਾ, ਮੈਂ ਅਜੇ ਵੀ ਕੁਛ ਨਾ ਕੁਛ ਮੈਂ ਛਪਾਉਂਦਾ ਨਹੀਂ ਹਾਂ, ਬਹੁਤ ਮੈਂ ਲਿਖਦਾ ਰਹਿੰਦਾ। ਥੈਂਕ ਯੂ ਸੋ ਮਚ ਗੁਰਦੀਪ ਜੀ, ਤੁਸੀਂ ਆਪਣੀ ਇਟਸ ਵੈਰੀ ਹਾਰਡ ਐਕਚੁਅਲੀ ਕਿ ਆਪਣੀ ਗੱਲ ਸ਼ੇਅਰ ਕਰਨੀ, ਜਸਟ ਬਿਕੋਜ਼ ਤੁਸੀਂ ਦੂਸਰੇ ਬੰਦੇ ਨੂੰ ਕੰਫਰਟੇਬਲ ਕਰ ਰਹੇ ਹੋ, ਤੁਹਾਨੂੰ ਤੁਸੀਂ ਆਪਣੀ ਸ਼ੇਅਰ ਕਰ ਰਹੇ ਹੋ। ਸੋ ਆਈ ਰੀਅਲੀ ਅਪਲੋਡ ਗੁਰਦੀਪ ਜੀ ਕਿ ਆਪਣੀ ਗੱਲ ਜਿਹੜੀ ਕਿ ਯੂ ਨੋ ਆਸਾਨ ਨਹੀਂ ਹੈ ਸ਼ੇਅਰ ਕਰਨੀ, ਉਹ ਸ਼ੇਅਰ ਕੀਤੀ ਉਹਨਾਂ ਨੇ ਇਸ ਉਹਦੇ 'ਚ, ਇਸ ਆਸ ਵਿੱਚ ਕਿ ਕੁੜੀ ਨੂੰ ਉਹ ਮਿਲੇ ਵੀ ਕੁਛ ਨਹੀਂ ਪਿਆ ਇਹਦੇ 'ਚ, ਔਰ ਇਹ ਹੋ ਜਾਂਦਾ ਹੈ ਟੂ ਵੈਲੀਡੇਟ ਯੂ ਨੋ ਦ ਅਦਰ ਪਰਸਨਸ ਫੀਲਿੰਗਸ, ਕਿ ਇਹ ਹੋ ਜਾਂਦਾ ਕਿ ਤੁਹਾਡੇ ਮਨ 'ਚ ਵੜ ਜਾਂਦਾ, ਔਰ ਥੋੜ੍ਹਾ ਜਿਹਾ ਬਾਅਦ 'ਚ ਪਤਾ ਲੱਗੇ ਕਿ ਉਹ ਥੋੜ੍ਹਾ ਮੁੰਡੇ ਦੀ ਵੀ ਉਹ ਦੇ ਰਹੇ ਕਿ ਸ਼ਾਇਦ ਮੁੰਡੇ ਦੀ ਕੋਈ ਰੀਜ਼ਨ ਹੋਏ, ਯੂ ਨੋ ਵਿੱਚ ਕੈਨ ਬੀ ਅ ਹੈਲਪਫੁਲ ਥੋਟ, ਕਿ ਅਗਰ ਕੁੜੀ ਸੋਚੇ ਕਿ ਉਹਦੇ ਆਪਣੇ ਰੀਜ਼ਨਸ ਹੋਣੇ, ਯੂ ਨੋ ਕੀ ਨਫ਼ਰਤ ਕਰਨੀ, ਉਹ ਆਪਣਾ ਸੈਡ ਕਿ ਉਹ ਇਹ ਕਰ ਰਿਹਾ, ਅਫਸੋਸ ਹੈ ਕਿ ਇਹ ਕਰ ਰਿਹਾ, ਪਰ ਉਹ ਵਿਚਾਰਾ ਹੈ ਜਿਹੜਾ ਉਹਨੂੰ ਇਹ ਚੀਜ਼ ਕਰ ਰਿਹਾ, ਆਪਣੀ ਜ਼ਿੰਦਗੀ ਬਿਤਾ ਰਿਹਾ। ਉਸ ਤੋਂ ਹਟ ਕੇ ਇਹ ਬੜੀ ਅੱਛੀ ਟਿਪ ਜਿਹੜੀ ਮਿਲੀ ਹੈ ਕਿ ਲਿਖ ਕੇ ਆਪਣਾ ਮਨ ਹਲਕਾ ਹੁੰਦਾ। ਸੋ ਐਂਡ ਜਿਸ ਤਰ੍ਹਾਂ ਪਵਨ ਨੇ ਵੀ ਕਿਹਾ ਸੀ ਕਿ ਮੈਂ ਲਿਖ ਕੇ ਫਿਰ ਫਾੜ ਦਿੰਦੀ ਸੀ, ਸੋ ਖਤਮ ਹੋ ਗਈ ਗੱਲ, ਉਹ ਲਿਖ ਕੇ ਦੁਬਾਰਾ ਪੜ੍ਹਨਾ ਜਾਂ ਉਹ ਕਰਨਾ, ਮੇ ਬੀ ਦੈਟ ਵੋਂਟ ਹੈਲਪ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੈਂ ਰਜਿੰਦਰ ਬੋਲ ਰਹੀ ਹਾਂ। ਹਾਂਜੀ ਰਜਿੰਦਰ ਜੀ, ਦੱਸੋ। ਹਾਂਜੀ, ਮੈਂ ਤੁਹਾਨੂੰ ਸ਼ਾਰਟ ਵਰਡਾਂ ਹੀ ਦੱਸਾਂਗੀ। ਇਹ ਸਾਡੇ 'ਚ ਵੀ ਕਿਸੇ ਨਾਲ ਇੱਦਾਂ ਹੋਇਆ ਸੀ। ਅੱਛਾ, ਇਸ ਨੂੰ ਇਹਦੇ ਪੇਰੈਂਟਸ, ਇਹਦੇ ਭੈਣ ਭਰਾ ਪਿਆਰ ਕਰਕੇ, ਬੱਚੇ ਨਾਲ ਟਾਈਮ ਸਪੈਂਡ ਕਰਕੇ ਇਹਨੂੰ ਕੱਢ ਸਕਦੇ ਆ ਇਸ ਮੁਸ਼ਕਲ ਵਿੱਚੋਂ। ਠੀਕ ਹੈ, ਉਹਨਾਂ ਕੰਟਰੀ ਵੀ ਹੋਰ ਸੀ, ਆਪਣੇ ਬੱਚੇ ਨੂੰ ਕੱਢ ਕੇ ਤੇ ਫਿਰ ਇੱਥੇ ਲਿਆ ਕੇ ਉਹਦਾ ਵਿਆਹ ਕੀਤਾ। ਸੋ ਮਾਹੌਲ ਵੀ ਬਦਲ ਗਿਆ। ਹਾਂਜੀ, ਮਾਹੌਲ ਵੀ ਬਦਲ ਗਿਆ, ਸਾਰਾ ਕੁਝ, ਉਹ ਬੱਚਾ ਵੀ ਨਹੀਂ ਸੀ ਮੰਨਦਾ। ਠੀਕ ਹੈ, ਤੇ ਬੱਚੇ ਨੂੰ ਉਹਨਾਂ ਬੜੇ ਪਿਆਰ ਨਾਲ ਕੱਢਿਆ ਸੀ, ਤੇ ਮੈਨੂੰ ਉਹਦੀ ਮਾਮ ਨੇ, ਲੜਕੀ ਦੀ ਮਾਮ ਨੇ ਫਿਰ ਮੈਂ ਸਾਰੀ ਸਟੋਰੀ ਸੁਣਾਈ। ਹਾਂਜੀ ਹਾਂਜੀ, ਬਹੁਤ ਪੜ੍ਹੀ ਲਿਖੀ ਲੜਕੀ ਸੀ ਤੇ ਇਹਦੇ ਪੇਰੈਂਟਸ ਕੱਢ ਸਕਦੇ ਆ। ਜੀ ਰਜਿੰਦਰ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਉਹੀ ਇਹਨਾਂ ਦਾ ਕਹਿਣਾ ਕਿ ਸਪੋਰਟ ਚਾਹੀਦੀ ਹੈ ਇਸ ਵੇਲੇ। ਬਹੁਤ ਜਿਹੜੇ ਨੀਅਰ ਪੇਰੈਂਟਸ, ਨੀਅਰ ਬਾਏ ਹੁੰਦੇ ਆ ਨਾ, ਨੀਅਰ ਰਿਲੇਟਿਵਸ ਹੈ, ਮਾਂ ਪਿਓ ਭੈਣ ਸਪੋਰਟ ਕਰ ਰਹੇ ਨੇ, ਪੂਰੀ ਤਰ੍ਹਾਂ ਕਰ ਰਹੇ ਨੇ, ਜਿੰਨੀ ਮੈਂ ਗੱਲ ਕੀਤੀ ਉਸ ਤੋਂ ਇਹੀ ਲੱਗ ਰਿਹਾ। ਪਰ ਫਿਰ ਹੁਣ ਉਹ ਨੈਕਸਟ ਕਿ ਕਿਸ ਤਰ੍ਹਾਂ ਉਹਨਾਂ ਨੂੰ ਉਹ ਕਰ ਸਕਦੇ ਆ। ਆਈ ਥਿੰਕ ਜਿਸ ਤਰ੍ਹਾਂ ਯੂ ਨੋ ਪੂਰੀ ਆਂਟੀ ਨੇ ਵੀ ਕਿਹਾ ਸੀ ਕਿ ਯੂ ਹੈਵ ਟੂ ਮੂਵ ਫੋਰਵਰਡ, ਉਹਦੇ ਵਾਸਤੇ ਥੋੜ੍ਹਾ ਜਿਹਾ ਮਾਹੌਲ, ਥੋੜ੍ਹਾ ਜਿਹਾ ਆਪਣਾ ਦਿਨ 'ਚ ਕਿੱਥੇ ਟਾਈਮ ਸਪੈਂਡ ਕਰਦੇ ਹੋ, ਉਹ ਪ੍ਰੈਕਟੀਕਲੀ ਐਕਸ਼ਨ ਲੈਣਾ ਪਏਗਾ। ਖਾਲੀ ਸੋਚਣ ਨਾਲ ਜਾਂ ਮੋਲਡਿੰਗ ਇਜ਼ ਓਕੇ, ਕਨਸੈਪਚੁਅਲੀ ਤੁਸੀਂ ਆਪਣੀ ਥੋਟਸ, ਫਿਲੋਸਫੀ ਬਦਲ ਸਕਦੇ ਹੋ ਕਿ ਹਾਂ ਉਹ ਇੰਝ ਹੀ ਹੈ, ਰੱਬ ਨੇ ਉਹਨੂੰ ਇੰਝ ਬਣਾਇਆ ਅਤੇ ਮੈਂ ਉਹਨੂੰ ਛੱਡਾਂ ਹੁਣ, ਜਾਂ ਫਿਰ ਹੋਰ ਸਾਰੀਆਂ ਚੀਜ਼ਾਂ। ਪਰ ਐਕਸ਼ਨ ਲੈਣ ਵਾਸਤੇ ਕਿ ਸੇਵਾ 'ਚ ਲੱਗ ਜਾਓ, ਟਾਈਮ ਹੋਰ ਤਰ੍ਹਾਂ ਬਿਤਾਓ, ਦੂਜੇ ਦਾ ਦੁੱਖ ਦੇਖੋ, ਯੂ ਨੋ ਉਹ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈ ਕਿ ਮੇਰਾ ਦੁੱਖ ਇੰਨਾ ਨਹੀਂ, ਜਦੋਂ ਮੈਂ ਦੂਜਿਆਂ ਦੇ ਦੁੱਖ ਦੇਖਦੀ ਹਾਂ ਤਾਂ ਮੈਂ ਕਿੱਥੇ ਹਾਂ। ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਕੁਇਕ ਬ੍ਰੇਕ, ਯੂ ਡੋਂਟ ਗੋ ਐਨੀਵੇਅਰ ਐਂਡ ਕੀਪ ਕਾਲਿੰਗ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਕਰਮਜੀਤ, ਦੱਸੋ ਕੀ ਕਹਿੰਦੇ ਹੋ।
ਹਾਂਜੀ ਅਰਮਨ ਜੀ, ਮੈਂ ਅੱਜ ਦੇ ਟੌਪਿਕ ਬਾਰੇ ਇਹ ਕਹੂੰਗੀ ਕਿ ਪਹਿਲਾਂ ਤਾਂ ਇਹਨਾਂ ਦੀ ਸਿਸਟਰ ਨਾ ਉਹਨਾਂ ਨੂੰ ਆਪਣੀ ਸਿਸਟਰ ਨੂੰ ਬੈਠ ਕੇ ਸਮਝਾਉਣ ਕਿ ਤੇਰਾ ਜਿਹੜਾ ਟਾਈਮ ਅਤੇ ਐਨਰਜੀ ਆ ਬਹੁਤ ਪ੍ਰੀਸ਼ੀਅਸ ਆ ਸਾਡੇ ਲਈ, ਅਤੇ ਤੂੰ ਇਹਨੂੰ ਕਿਸੇ ਹੋਰ ਇਨਸਾਨ 'ਤੇ ਵੇਸਟ ਨਾ ਕਰ, ਤੇਰੀ ਜਿਹੜੀ ਜਿਹੜੀ ਹੇਟ ਵੀ ਹੈ ਨਾ ਉਹ ਵੀ ਬਹੁਤ ਪ੍ਰੀਸ਼ੀਅਸ ਆ, ਤੂੰ ਆਪਣੀ ਨਫ਼ਰਤ ਵਿੱਚ ਵੀ ਉਹਨੂੰ ਇਨਸਾਨ ਨੂੰ ਜਗ੍ਹਾ ਨਾ ਦੇ, ਉਹਨੂੰ ਚੰਗੀ ਤਰ੍ਹਾਂ ਬਿਠਾ ਕੇ, ਬਿਲਕੁਲ ਹੀ ਇਜ਼ ਨਾਟ ਵਰਥ ਇਟ ਕਿ ਤੂੰ ਆਪਣਾ, ਯਾ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਕਿਹਾ ਵੀ ਤੇਰੀ ਨਫ਼ਰਤ ਦੇ ਵੀ ਉਹ ਲਾਇਕ ਨੀ ਹੈਗਾ, ਮਤਲਬ ਆਪਣੇ ਮਾਇੰਡ ਵਿੱਚ ਵੀ ਉਹਨੂੰ ਜਗ੍ਹਾ ਨਾ ਦੇ, ਹੁਣ ਮਤਲਬ ਜਿਹੜਾ ਪਾਰਟ ਆਫ ਲਾਈਫ ਆ ਇਹ ਓਵਰ ਹੋ ਚੁੱਕਿਆ, ਹੁਣ ਇਹਦੇ ਲਈ ਇਹਨਾਂ ਨੂੰ ਚਾਹੀਦਾ ਕਿ ਆਪਣੇ ਪੇਰੈਂਟਸ ਵੱਲ, ਜਿੱਦਾਂ ਉਹ ਕਿਹਾ ਵੀ ਤੇਰੀ ਜਿਹੜਾ ਪਿਆਰ ਆ, ਮਤਲਬ ਠੀਕ ਆ ਵੀ ਜ਼ਿੰਦਗੀ 'ਚ ਪਿਆਰ ਆਉਂਦੇ ਜਾਂਦੇ ਰਹਿੰਦੇ ਆ, ਆਪਣਾ ਫੋਕਸ ਸ਼ਿਫਟ ਕਰ ਲਏ, ਕਿਉਂਕਿ ਪੇਰੈਂਟਸ ਆ ਜਿਹੜੇ ਉਹਨਾਂ ਨਾਲੋਂ ਵੱਧ ਕੌਣ ਉਹਨਾਂ ਨੂੰ ਪਿਆਰ ਕਰ ਸਕਦਾ, ਜਿਹਨਾਂ ਨੇ ਆਪਣੇ 9 ਮਹੀਨੇ ਆਪਣੀ ਕੁੱਖ 'ਚ ਰੱਖਿਆ, ਫਿਰ ਪਤਾ ਨਹੀਂ ਕਿੰਨੀਆਂ ਕੁ ਖੁਸ਼ੀਆਂ ਆਪਣੀਆਂ ਉਹਨਾਂ ਤੋਂ ਕੁਰਬਾਨ ਕੀਤੀਆਂ ਆਪਣੇ ਬੱਚਿਆਂ ਤੋਂ, ਜਾਂ ਉਹਦੇ ਆਪਣੀ ਸਿਸਟਰ ਨੂੰ ਸਮਝਾਉਣ ਵੀ ਤੇਰੇ ਤੋਂ ਕਿੰਨੀਆਂ ਖੁਸ਼ੀਆਂ ਉਹਨਾਂ ਨੇ ਕੁਰਬਾਨ ਕੀਤੀਆਂ, ਉਹਨਾਂ ਦਾ ਉਹਨਾਂ ਵੱਲ ਧਿਆਨ ਦਵਾਵੇ ਆਪਣੀ ਸਿਸਟਰ ਦਾ ਨਾ, ਤਾਂ ਕਿ ਉਹਦਾ ਫੋਕਸ ਉੱਧਰੋਂ ਹਟ ਕੇ ਆਪਣੇ ਪੇਰੈਂਟਸ ਦੇ ਵਿੱਚ ਜਾਂ ਆਪਣੀ ਫੈਮਿਲੀ ਦੇ ਵਿੱਚ ਆ ਜਾਵੇ, ਫਿਰ ਜਦੋਂ ਘਰ ਆਉਂਦੀ ਆ ਉਹਦੇ ਲਈ ਕੁਛ ਨਾ ਕੁਛ ਇੱਦਾਂ ਦਾ, ਜੇ ਕੋਈ ਫੇਵਰੇਟ ਕੋਈ ਮਿਊਜ਼ਿਕ ਆ ਉਹ ਲਗਾ ਦੇਣ ਉਹਦੇ, ਤਾਂ ਕਿ ਉਹਦੇ ਕੰਨਾਂ 'ਚ ਪਵੇ, ਜਾਂ ਕੋਈ ਚਾਹ ਦਾ ਕੱਪ ਜਦੋਂ ਜੋਬ ਤੋਂ ਆਉਂਦੀ ਆ ਚਾਹ ਦਾ ਕੱਪ ਬਣਾ ਲੈਣ ਇਕੱਠੇ ਬੈਠ ਜਾਣ, ਉਹਨੂੰ ਇਕੱਲੇ ਨੂੰ ਟਾਈਮ ਹੀ ਨਾ ਦੇਵੇ ਉਹ ਇਕੱਲੇ ਨੂੰ, ਕਿ ਤਾਂ ਕਿ ਉਹ ਲੋਨਲੀ ਫੀਲ ਕਰੇ ਅਤੇ ਉਹਦਾ ਧਿਆਨ ਉਹ ਫਿਰ ਪਾਸਟ ਦੇ ਵਿੱਚ ਵਾਰ ਵਾਰ ਜਾਵਣ, ਜਿੱਦਾਂ ਹੋਰ ਵੀ ਕਾਲਰਸ ਨੇ ਕਿਹਾ ਵੀ ਉਹਨੂੰ ਕਿਸੇ ਡਾਕਟਰ ਨੂੰ ਦਿਖਾਉਣ, ਮੈਡੀਸਿਨ ਦੀ ਲੋੜ ਆ ਮੈਡੀਸਿਨ ਦਵਾਉਣ, ਮਤਲਬ ਉਹਦਾ ਫੋਕਸ ਉੱਧਰੋਂ ਸ਼ਿਫਟ ਕਰਕੇ ਆਪਣੀ ਫੈਮਿਲੀ ਦੇ ਵਿੱਚ ਲੈ ਕੇ ਆਉਣ, ਮੈਰਿਜ ਬਾਰੇ ਹਜੇ ਉਹਦੀ ਬਾਰੇ ਨਾ ਸੋਚਣ, ਹਜੇ ਉਹਨੂੰ ਪਹਿਲਾਂ ਉਸ ਚੀਜ਼ ਚੋਂ ਨਿਕਲਣ ਦਿਓ, ਉਹ ਹੀਲ ਹੋ ਲੈਣ ਦਿਓ, ਬਾਕੀ ਕੁਦਰਤ ਬਹੁਤ ਮਹਾਨ ਆ, ਉਹਦੇ ਵਿੱਚ ਬਹੁਤ ਕੁਛ ਲੁਕਿਆ ਹੋਇਆ, ਉਹਦਾ ਧਿਆਨ ਥੋੜ੍ਹਾ ਜਿਹਾ ਇੱਧਰ ਰੱਬ ਵਾਲੇ ਪਾਸੇ ਲੈ ਕੇ ਆਉਣ ਦੀ ਕੋਸ਼ਿਸ਼ ਕਰਨ, ਜਿਵੇਂ ਵੀ ਕੋਸ਼ਿਸ਼ ਕਰ ਸਕਦੇ ਕਰਨ, ਘਰ ਵਿੱਚ ਕੋਈ ਲਗਾਉਣ ਉੱਦਾਂ ਦਾ ਕੋਈ ਕਥਾ, ਜਿਹਨਾਂ ਨੂੰ ਵੀ ਮੰਨਦੇ ਉਹਨਾਂ ਦਾ ਕੁਛ ਕਥਾ ਕੀਰਤਨ ਕੁਛ ਵੀ ਲਗਾਉਣ, ਤਾਂ ਕਿ ਉਹਨਾਂ ਦੇ ਉਹਦੇ ਕੰਨਾਂ 'ਚ ਥੋੜ੍ਹਾ ਥੋੜ੍ਹਾ, ਚਲੋ ਘਰੇ ਚਾਹੇ ਆਪਣੇ ਰੂਮ 'ਚ ਇੱਧਰ ਉੱਧਰ ਕੁਛ ਤਾਂ ਕੰਨਾਂ 'ਚ ਪਏਗਾ ਨਾ, ਕੋਈ ਉਹਦਾ ਫੇਵਰੇਟ ਮਿਊਜ਼ਿਕ ਆ ਉਹੀ, ਕੁਛ ਵੀ ਕੁਛ ਨਾ, ਮੈਂ ਆਪਣੇ ਆਪ ਦੇ ਵਿੱਚ ਆਪਣੀ ਫੈਮਿਲੀ 'ਚ ਬਿਜ਼ੀ ਕਰਕੇ ਇੰਨਾ ਪਿਆਰ ਦੇਣ, ਇੰਨਾ ਜ਼ਿਆਦਾ ਕਿ ਉਹਨੂੰ ਲੱਗੇ ਨਾ ਵੀ ਮੈਂ ਕਿਤੇ, ਮਤਲਬ ਉਹਦੇ ਕੋਲ ਟਾਈਮ ਹੀ ਨਾ ਹੋਵੇ ਉਸ ਇਨਸਾਨ ਬਾਰੇ ਸੋਚਣ ਲਈ ਨਾ। ਬਹੁਤ ਵਧੀਆ ਕਰਮ ਜੀ, ਉਹਦੇ ਲਈ ਕਰਾਂ। ਥੈਂਕ ਯੂ ਸੋ ਮੱਚ, ਬੜੀਆਂ ਅੱਛੀਆਂ ਟਿਪਸ ਦਿੱਤੀਆਂ, ਯੂ ਨੋ ਐਕਸ਼ਨ ਦੀਆਂ। ਹੈਲੋ, ਹਾਂਜੀ, ਕੌਣ ਬੋਲ ਰਹੇ ਹੋ ਜੀ? ਸਮਾਂ ਨਹੀਂ ਹੈ, ਹੈਲੋ ਦੁਬਾਰਾ ਕਾਲ ਕਰੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਪਲੀਜ਼ ਫੋਨ ਤੇ ਪੂਰਾ ਧਿਆਨ ਦਿਆ ਕਰੋ, ਜਿਵੇਂ ਹੀ ਫੋਨ ਮਿਲਦਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਪਿੰਦ ਜੀ। ਜੈਨ ਸਿੰਘ ਜੀ, 30 ਸੈਕਿੰਡਸ ਦੱਸੋ ਕੀ ਕਹਿੰਦੇ ਹੋ। ਮੈਂ ਤੇ ਕਹੂੰਗਾ ਜੀ, ਦੇਖੋ ਜੇ ਬੰਦਾ ਤਾਂ ਜਿਉਂ ਦੀ ਸ੍ਰਿਸ਼ਟੀ ਬਣੀ ਆ ਉਦੋਂ ਤੋਂ ਹੀ ਇਹ ਮਾੜਾ ਹੀ ਗਿਣਿਆ ਗਿਆ ਹੈ ਨਾ, ਔਰਤ ਜਾਤ ਨੂੰ ਹਮੇਸ਼ਾ ਦਬਾਉਂਦਾ ਰਿਹਾ। ਓਕੇ, ਠੀਕ ਨਹੀਂ। ਫੇਰ ਵੀ ਆਪਾਂ ਦੇਖੋ, ਪੜ੍ਹੀਆਂ ਲਿਖੀਆਂ ਕੁੜੀਆਂ ਹੋਣ ਦੇ ਬਾਵਜੂਦ ਵੀ ਤੁਸੀਂ ਕਹਿੰਦੇ ਬਹੁਤ ਸਿਆਣੀ ਕੁੜੀ ਆ, ਜਦੋਂ ਇੱਕ ਦਫਾ ਇਹਨੂੰ ਛੱਡ ਕੇ ਦੂਜਾ ਆਪਣਾ ਵਿਆਹ ਇੰਡੀਆ ਕਰਾ ਲਿਆ, ਜਾ ਕੇ ਦੇਣ ਕਿਉਂ ਧਿਆਨ ਰੱਖਿਆ ਕੁੜੀ ਨੂੰ ਉਧਰ? ਹੁਣ ਦੱਸੋ ਕੀ ਕਰੀਏ, ਤੇ ਆਪ ਕਿਉਂ ਨਹੀਂ ਮੰਨਦੀ? ਇਹ ਕੁੜੀ ਨੂੰ ਰਿਅਲਾਈਜ਼ ਕਰਾਓ ਵੀ ਆ ਜਾ ਕੇ ਉਹਨੂੰ ਤੂੰ ਉਹਨੂੰ ਕੀ ਦੁੱਖਾ ਕੀ ਬਦਲਾ ਲੈਣਾ, ਤੂੰ ਹੋਰ ਵਿਆਹ ਆਪਣਾ ਕਰਾ ਕੇ ਵਧੀਆ ਜ਼ਿੰਦਗੀ ਬਸਰ ਕਰ, ਆਪੇ ਉਹਨੂੰ ਪਤਾ ਲੱਗ ਜਾਓ ਕੱਚੇ ਹੁੰਦਾ, ਫਿਰ ਉਹਨੂੰ ਬਦਲਾ ਉਹਨੂੰ ਕਹਦਾ ਇਹ ਬਦਲਾਅ ਦਾ ਲੈਣ ਡੇ ਆ, ਬੰਦੇ ਦਾ ਕੀ ਆ, ਹੁਣ ਉਹ ਚੜ ਚੜ ਕੇ ਵਿਆਹ ਕਰੀ ਜਾਂਦਾ। ਮੈਂ ਤੇ ਇਹੀ ਰਾਏ ਦਊਂਗਾ, ਹੁਣ ਕੁੜੀ ਦੇ ਮਨ 'ਚ ਇਹ ਗੱਲ ਬਿਠਾ ਲਓ ਵੀ ਤੂੰ ਛੱਡ ਇਹਨੂੰ, ਆਪਣਾ ਘਰ ਵਸਾ ਤੇ ਜ਼ਿੰਦਗੀ ਵਧੀਆ ਨਿਗਾਹ, ਤੇ ਉਹਨੂੰ ਆਪੇ ਅਕਲ ਆਉਂਦੀ ਫਿਰੂਗੀ ਤਬ ਤੱਕ। ਬਹੁਤ ਵਧੀਆ, ਥੈਂਕ ਯੂ ਸੋ ਮੱਚ ਗਿਆਨ ਸਿੰਘ ਜੀ। ਹੋਰ ਵੀ ਸਾਰੇ ਜਿਨ੍ਹਾਂ ਨੇ ਕਾਲ ਕੀਤੀ ਕਿ ਵਾਕਈ ਕੋਈ ਵੀ ਐਸਾ ਨਹੀਂ ਹੈ, ਇਹਨਾਂ ਦਾ ਪੇਰੈਂਟਸ ਦਾ ਵੀ ਸੀ ਵੀ ਕਿ ਅਸੀਂ ਆਈ ਨੋ ਕਿ ਉਹਨੇ ਸਿਆਇਆ ਤੇ ਅਸੀਂ ਇਹ ਕਹਿੰਦੇ ਚੰਗੇ ਨਹੀਂ ਲੱਗਦੇ ਸ਼ਾਇਦ ਕਿ ਤੂੰ ਅੱਗੇ ਵੱਧ, ਕਿਉਂਕਿ ਅਸੀਂ ਉਹਦੇ 'ਚੋਂ ਨਹੀਂ ਨਿਕਲੇ ਉਹ ਨਿਕਲੀ ਹੈ, ਪਰ ਵਾਕਈ ਕਿਸੇ ਇੱਕ ਦੀ ਵੀ ਐਸੀ ਨਹੀਂ ਹੈ ਕਿ ਹਾਂ ਤੁਸੀਂ ਉਹਨੂੰ ਜ਼ਰੂਰ ਬਦਲਾ ਲਓ, ਉਹਨੇ ਮਾੜਾ ਕੀਤਾ ਹੈ, ਮਾੜਾ ਕੀਤਾ ਹੈ, ਬਟ ਤੁਹਾਡੀ ਜ਼ਿੰਦਗੀ ਉਸ ਤੋਂ ਜ਼ਿਆਦਾ ਕੀਮਤੀ ਹੈ, ਇਟਸ ਮੋਰ ਪ੍ਰੈਸ਼ੀਅਸ ਐਂਡ ਹੀ ਇਜ਼ ਨਾਟ ਵਰਥ ਇਟ। ਉਹ ਇਸ ਚੀਜ਼ ਦੇ ਬਿਲਕੁਲ ਕਾਬਿਲ ਨਹੀਂ ਹੈ ਕਿ ਤੁਸੀਂ ਉਹਨੂੰ, ਜਿਵੇਂ ਕਿਸਨੇ ਕਿਹਾ ਸੀ ਕਿ ਕੰਟਰੋਲ ਤੁਸੀਂ ਉਹਨੂੰ ਦਿੱਤਾ ਹੋਇਆ, ਆਪਣੇ ਮਨ ਦਾ ਕੰਟਰੋਲ ਹਾਲੇ ਵੀ ਤੁਸੀਂ, ਆਪਣੇ ਮਨ ਦਾ ਤੁਸੀਂ ਕਿਵੇਂ ਸੋਚ ਰਹੇ ਹੋ, ਆਪਣੇ ਦਿਨ ਕਿਵੇਂ ਗੁਜ਼ਾਰ ਰਹੇ ਹੋ, ਨਫ਼ਰਤ ਨਾਲ ਦਿਨ ਨੂੰ ਭਰਿਆ ਹੋਇਆ ਜਸਟ ਬਿਕੋਜ਼ ਉਹਨੇ ਕੰਟਰੋਲ ਕੀਤਾ ਹੋਇਆ। ਸੋ ਡੋਂਟ ਗਿਵ ਹਿਮ ਦੈਟ ਕੰਟਰੋਲ, ਹੀ ਸਟਿਲ ਵਿਨਿੰਗ ਇਫ ਯੂ ਡੂ ਦੈਟ। ਥੋਟਸ ਦੇ ਵਿੱਚ ਉਸ ਤਰ੍ਹਾਂ, ਔਰ ਦੈਨ ਯੂ ਨੋ ਥੋਟਸ ਦੇ ਹਿਸਾਬ ਨਾਲ ਇਹ ਵੀ ਕਿ ਐਕਸ਼ਨ ਬਹੁਤ ਜ਼ਰੂਰੀ ਹੈ। ਜਿੰਨਾ ਮਰਜ਼ੀ ਤੁਸੀਂ ਫਿਲੋਸਫੀ ਸੋਚ ਸਕਦੇ ਹੋ ਕਿ ਹਾਂ ਦਿਸ ਵਾਜ ਸਪੋਜ਼ ਟੂ ਹੈਪਨ, ਇਹ ਡੈਸਟਿਨਡ ਸੀਗਾ, ਇਹ ਸਾਰਾ ਕੁਛ ਤੁਸੀਂ ਇਹਦੇ 'ਚੋਂ ਲੰਘਣਾ ਸੀਗਾ,
ਜਸਟ ਬਿਕੋਜ਼ ਅਸੀਂ ਬੜੀ ਵਾਰੀ ਕਹਿੰਦੇ ਹਾਂ ਕਿ ਕਈ ਸਫਰਿੰਗਸ ਤੋਂ ਸਾਨੂੰ ਲੰਘ ਕੇ ਨਾ ਇੱਕ ਬੜੇ ਅੱਛਾ ਇਵੋਲਵ ਹੋ ਜਾਂਦੇ ਹਾਂ ਅਸੀਂ, ਸਾਨੂੰ ਕੁਛ ਇਸ ਤਰ੍ਹਾਂ ਦੀ ਐਮਪਥੀ ਆ ਜਾਂਦੀ ਹੈ ਕਿ ਅਸੀਂ ਦੂਜਿਆਂ ਨੂੰ ਬਿਹਤਰ ਸਮਝ ਸਕਦੇ ਹਾਂ, ਦੂਜਿਆਂ ਦਾ ਦੁੱਖ ਸਮਝ ਸਕਦੇ ਹਾਂ, ਫਿਰ ਉਹਦਾ ਫਾਇਦਾ ਉਠਾ ਸਕਦੇ ਹਾਂ ਇੱਕ ਸਫਰਿੰਗ ਦਾ। ਪਰ ਅਗਰ ਤੁਸੀਂ ਉਹਦੇ ਵਿੱਚ ਹੀ ਰਹੋਗੇ ਤਾਂ ਤੁਸੀਂ ਉਸ ਚੀਜ਼ ਨੂੰ ਵੇਸਟ ਕਰ ਰਹੇ ਹੋ। ਯੂ ਨੋ, ਰੱਬ ਦੀ ਦਿੱਤੀ ਹੋਈ ਇੱਕ ਦੁੱਖ ਜਿਹਦੇ ਤੋਂ ਸ਼ਾਇਦ ਤੁਸੀਂ ਇਵੋਲਵ ਹੋ ਕੇ ਹੋਰ ਨਿਖਰਨਾ, ਉਹਨੂੰ ਤੁਸੀਂ ਵੇਸਟ ਕਰ ਰਹੇ ਹੋ। ਸੋ ਬੈਟਰ, ਪਰ ਐਕਸ਼ਨ ਸਾਰੀ ਫਿਲੋਸਫੀ ਔਰ ਥੋਟਸ ਦੇ ਨਾਲ ਬਹੁਤ ਜ਼ਰੂਰੀ ਹੈ ਕਿ ਸੇਵਾ ਕਰੋ, ਗ੍ਰੈਟੀਟਿਊਡ 'ਚ ਰਹੋ, ਜੋ ਹੈ ਉਹਦੇ ਵਿੱਚ ਯੂ ਨੋ ਬਹੁਤ ਸ਼ੁਕਰ ਮਨਾਓ, ਔਰ ਜਰਨਲ ਲਿਖੋ, ਰਾਈਟ ਐਵਰੀਥਿੰਗ ਹਾਊ ਯੂ ਫੀਲ, ਦਿਸ ਵਿਲ ਰੀਅਲੀ ਹੈਲਪ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।